ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਰਵਿੰਦਰ ਸਿੰਘ ਜੀ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਜਿਹੜੀ ਵਿਚਾਰ ਚਰਚਾ, ਰਵਿੰਦਰ ਸਿੰਘ ਜੀ ਇਹ ਤੁਸੀਂ ਹੋਰਾਂ ਮਾਫ਼ ਕਰਨਾ, ਮੈਂ ਗੱਲ ਕਰ ਰਿਹਾ ਸੀ ਕੁਛ ਹੋਰ, ਪਰ ਤੁਸੀਂ ਹੋਰਾਂ ਤਾਂ ਮਨਾ ਕਰਦੇ ਹੋ ਵੀ ਚਾਹ ਨਾ ਪੀਓ, ਤੁਸੀਂ ਆਪ ਚਾਹ ਪੀਣ ਲੱਗੇ ਹੋ। ਹਾਂਜੀ, ਮੈਂ ਆਪਣੀ ਚਾਹ ਪੀ ਰਿਹਾ ਜੀ। ਇਹਦੇ ਉੱਪਰ ਹੀ ਗੱਲ ਕਰ ਰਹੇ ਹਾਂ ਅੱਜ ਜੀ, ਇਹਦੇ ਬਾਰੇ ਹੀ ਗੱਲ ਕਰਾਂਗੇ। ਇਹ ਕਹਿੰਦੇ ਕਿ ਚਾਹ ਤੁਹਾਡੇ ਤੋਂ ਕੁਛ ਲੈ ਕੇ ਜਾਂਦੀ ਹੈ, ਇਹ ਤੁਹਾਨੂੰ 2000 ਗੁਣਾ ਕੁਛ 2000 ਗੁਣਾ, ਵਰਡ ਬੜਾ ਕਲੀਅਰਲੀ ਯੂਜ਼ ਕਰਦਾ ਮੈਂ, ਤੁਹਾਨੂੰ ਚੀਜ਼ਾਂ ਦੇ ਕੇ ਜਾਏਗੀ। ਅੱਜ ਦੀ ਚਰਚਾ ਇਹੋ ਜੀ ਹੈ, ਪਰ ਤੁਸੀਂ ਕੰਟੀਨਿਊ ਕਰੋ, ਇਹਦੇ ਬਾਰੇ ਦੱਸਾਂਗੇ। ਚਲੋ ਜੀ, ਸਵਾਗਤ ਹੈ ਜੀ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਵਿੰਦਰ ਸਿੰਘ ਜੀ, ਮੈਂ ਵਿਸ਼ਾ ਹੀ ਭੁੱਲ ਗਿਆ ਹੁਣ, ਆਪਾਂ ਇਸੇ ਤੇ ਗੱਲ ਕਰਦੇ ਹਾਂ। ਤੁਸੀਂ ਜੋ ਤੁਸੀਂ ਆਪਾਂ ਇਹ ਗੱਲ ਕਰ ਰਹੇ ਸੀ, ਆਪਾਂ ਤੁਸੀਂ ਚਾਹ ਨੂੰ ਜਿਹੜਾ, ਮੈਨੂੰ ਇਹ ਲੱਗ ਰਿਹਾ ਵੀ ਤੁਸੀਂ ਚਾਹ ਦਾ ਕੋਈ ਬਦਲ ਕੱਢਿਆ ਹੈਗਾ ਤੇ ਆਪਾਂ ਗੱਲ, ਹਾਂ ਮੈਂ ਕੋਸ਼ਿਸ਼ ਕਰਦਾ, ਆਲੋ ਹੀ ਦਿਖਾ ਦਿੰਦਾ ਮੈਂ। ਆ ਮੇਰੀ ਚਾਹ ਹੈ ਜੀ, ਇਹਦੇ ਚ ਰੰਗ ਵੀ ਹੈ। ਹਾਂ 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 ਉਹ ਨਾ ਜੀ, ਉਹੀ ਤਾਂ ਫਿਰ ਕਹਿੰਦੇ ਰਵਿੰਦਰ ਨੂੰ ਸਾਰੇ, ਫਿਰ ਤੁਹਾਡੇ ਬੰਦੇ ਨਾ ਉਹ ਚਾਹੇ ਪਿਆਰ ਨਾਲ ਗਾਲਾਂ ਦਿੰਦੇ ਨੇ ਕਿ ਯਾਰ ਚੀਜ਼ਾਂ ਛੜਾ ਦਿੰਦਾ ਹੈ, ਤਾਂ ਚੀਜ਼ਾਂ ਛੜਾ ਕੇ ਚੀਜ਼ਾਂ ਦੇਵਾਂਗਾ ਤਾਂ ਹੀ ਮਜ਼ਾ ਆਊਗਾ ਨਾ। ਕਹਿੰਦੇ ਕੁਛ ਲੈ ਕੇ ਕੁਛ ਦਓ ਵੀ, ਤਾਂ ਉਹਦਾ ਇੰਤਜ਼ਾਮ ਕਰਿਆ ਹੋਇਆ ਮੈਨੇ। ਉਹ ਪਹਿਲਾਂ ਆਪਣੇ ਆਪ ਤੇ ਐਕਸਪੈਰੀਮੈਂਟ ਕਰਕੇ ਰਿਜ਼ਲਟ ਲੈ ਲਏ ਤੇ ਰਿਜ਼ਲਟ ਵੀ ਇਹੋ ਜਿਹੇ ਮਿਲੇ, ਮੈਂ ਤਾਂ ਹੈਰਾਨ ਹੋ ਗਿਆ ਕਿ ਇਹੋ ਜਿਹੇ ਫਾਇਦੇ ਬੱਲੇ 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 ਬੱਲੇ। ਫਿਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਰਿਸਰਚ ਸਾਰੀ ਹਰਬਸ ਤੇ ਹਰਬਸ ਦੀ ਆਪਸ ਚ ਜਿਹੜੀ ਨਿਊਟ੍ਰੀਸ਼ਨ ਨਾਲ ਤੇ ਡਾਇਟ ਨਾਲ ਕਿਵੇਂ ਚੱਲਦੀਆਂ ਨੇ ਉਹਦੇ ਉੱਪਰ ਰਿਸਰਚ ਹੈ, ਤਾਂ ਉਹਦੇ ਵਿੱਚ ਇੱਕ ਰਾਮਬਾਣਾ ਦਾ ਰਾਮਬਾਣ ਕੱਢਿਆ ਹੈ। ਹੋਰ ਚਾਹ ਦੇ ਦਿਓ ਜਾਣਕਾਰੀ ਇਹਦੇ ਬਾਰੇ ਕੀ ਹੈਗਾ ਇਹ। ਹੁਣ ਤੁਸੀਂ ਇਮੇਜਿਨ ਕਰੋ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਇੱਕ ਚੀਜ਼ ਦੱਸੀ ਸੀ ਕਿ ਜਿਹੜੀ ਥੋੜੇ ਦਿਨ ਪਹਿਲਾਂ ਕਿ ਆਪਾਂ ਨੇ ਇੱਕ ਹਲਦੀ, ਬਹੁਤ ਸੋਹਣੀ ਹਲਦੀ ਲੱਭ ਕੇ ਅਵੇਲੇਬਲ ਕਰਾਈ ਹੈ। ਤੁਸੀਂ ਮੰਨੋਗੇ ਨਹੀਂ, ਸਾਡੀ ਟੀਮ ਨੂੰ, ਤੁਹਾਡੀ ਟੀਮ ਨੇ ਇੰਨਾ ਸੋਹਣਾ ਰਿਸਪੌਂਸ ਦਿੱਤਾ, ਤੁਸੀਂ ਤੁਹਾਡੀ ਟੀਮ, ਜਦੋਂ ਮੈਂ ਕਹਿੰਦਾ ਤੁਹਾਡੇ ਸਰੋਤੇ ਜਿਹੜੇ ਸਪਲਾਇਰ ਸੀ ਨਾ, ਉਹਨਾਂ ਨੂੰ ਲੱਗਦਾ ਸੀ ਰਵਿੰਦਰ ਸਿੰਘ ਜੀ ਦੇਖਾਂਗੇ ਕਿਹੋ ਜਿਹੀ ਸੀਲ ਦਿੰਦੇ ਆ, ਉਹਨਾਂ ਨੂੰ ਇਹੋ ਜਿਹਾ ਪੰਗਾ ਪੈ ਗਿਆ ਜੀ, ਉਹਨਾਂ ਨੇ ਮੈਨੂੰ ਹੋਲਡ ਤੇ ਪਾ ਤਾ। ਕਹਿੰਦੇ 3-4 ਦਿਨ ਦੀ ਡਿਲੇ ਦੇ ਦਿਓ ਸਾਨੂੰ ਆਰਡਰ, ਜਿਹਨੂੰ ਕਹਿੰਦੇ ਇੰਪਲੋਡ। ਇੰਪਲੋਡ ਹੁੰਦਾ ਕਿ ਪੜਾਕਾ ਅੰਦਰ ਨੂੰ ਪੈ ਗਿਆ, ਇੱਕ ਤਾਂ ਹੁੰਦਾ ਐਕਸਪਲੋਡ, ਇੰਪਲੋਡ ਹੁੰਦਾ ਕਿ ਸਭ ਕੁਛ ਇੱਧਰ ਨੂੰ ਆ ਜਾਏ। ਉਹਨਾਂ ਨੂੰ ਹੋਰ ਇਹ ਸਾਪਾ ਪੈ ਗਿਆ ਕਿ ਯਾਰ ਇੰਨਾ ਆਰਡਰ, ਤਾਂ ਅਸੀਂ ਕਿਹਾ ਇਹ ਸਾਡੀ ਪਾਵਰ ਹੈ ਜੀ ਕਿ ਸਾਡੇ ਫੋਲੋਅਰ ਹੈਲਥ ਬਾਰੇ ਸੋਚਦੇ ਆ। ਤੇ ਹੁਣ ਇਮੈਜਿਨ ਕਰੋ ਤੁਹਾਡੀ ਹਲਦੀ ਜਿਸਦੇ ਵਿੱਚ ਕੁਰਕਮਿਨ ਹੈ, ਜਸਟ ਐਗਜ਼ਾਮਪਲ ਦੇ ਰਹੇ ਹਾਂ, 2000 ਗੁਣਾ, ਇਹ 7% ਵੱਧ ਹੈ। ਇਮੈਜਿਨ ਕਰੋ ਇਹ 2000 ਗੁਣਾ ਤੁਹਾਡੀ ਬੋਡੀ ਅੰਦਰ ਲੈ ਲੇ। ਹੁਣ ਪਹੁੰਚੂਗਾ ਵਿਸ਼ੇ ਤੇ, ਤੁਹਾਨੇ ਇੱਕ ਚੀਜ਼ ਬਾਰੇ ਬਹੁਤ ਚੀਜ਼ਾਂ ਸੁਣੀਆਂ ਹੋਣਗੀਆਂ, ਹਿੰਦੁਸਤਾਨ ਦੀ ਬਹੁਤ ਪੁਰਾਣੀ ਹਰਬ ਹੈ, ਉਹ ਵੀ ਰਾਮਬਾਣ ਮੰਨਿਆ ਜਾਂਦਾ ਸੀ ਆਯੁਰਵੇਦ ਚ, ਉਹਦਾ ਨਾਮ ਹੈ ਜੈਫਲ। ਇੰਗਲਿਸ਼ ਚ ਨਟ ਮੈਗ ਕਹਿੰਦੇ ਆ, ਨਟ ਮੈਗ, ਨਟ ਮੈਗ ਕਹਿੰਦੇ ਆ। ਜਿਹਦੇ ਕਿ ਫਾਇਦੇ, ਮੈਂ ਸਿਰਫ ਉਹਦੇ ਇੱਕ ਚੀਜ਼ ਦੇ ਫਾਇਦੇ ਬੋਲ ਰਿਹਾ ਅਜੇ, ਡਾਈਜੈਸ਼ਨ, ਓਰਲ ਹੈਲਥ। ਓਰਲ ਹੈਲਥ ਹੁੰਦੀ ਮੂੰਹ ਦੇ ਅੰਦਰ, ਜਿਹੜੇ ਇਹਨੂੰ ਓਰਲ ਕਹਿੰਦੇ ਆ, ਕਲੈਂਜਿੰਗ ਆਫ ਦਾ ਬੋਡੀ, ਬੋਡੀ ਨੂੰ ਕਲੀਨ ਕਰਨ ਦੀ ਜ਼ਿੰਮੇਵਾਰੀ ਇਹਦੀ। ਕਿਡਨੀ ਹੈਲਥ ਨੂੰ ਬਰਕਰਾਰ ਰੱਖਦਾ ਹੈ, ਤੁਹਾਡਾ ਕਰੈਟਿਨਿਨ ਵਧਣ ਤੋਂ ਪਹਿਲਾਂ ਵਧਿਆ ਹੋਇਆ, ਨਹੀਂ ਕਹਿ ਰਿਹਾ ਮੈਂ, ਕਰੈਟਿਨਿਨ ਦੀ ਵਧਣ ਨਹੀਂ ਦਿੰਦਾ ਜਲਦੀ ਜਲਦੀ। ਸਲੀਪਿੰਗ ਡਿਸਆਰਡਰ ਚ ਹੈਲਪ ਕਰਦਾ, ਪੇਨ ਨੂੰ ਇਲੀਮੀਨੇਟ ਕਰਦਾ, ਇਲੀਮੀਨੇਟ ਵਰਡ ਮਤਲਬ ਹੁੰਦਾ ਕਿ ਛੁਟਕਾਰਾ ਪਾ ਲੈਣਾ, ਕੱਢ ਦਿੰਦਾ ਬਾਹਰ। ਹਾਂ, ਕੈਂਸਰ ਨੂੰ ਡੀਲ ਕਰਨ ਦਾ ਇਫੈਕਟ ਰੱਖਦਾ ਇਹ, ਕੈਂਸਰ ਨੂੰ ਡੀਲ ਕਰਨ ਦਾ, ਕਿ ਉਹਦੇ ਨਾਲ ਵੀ ਕਹਿੰਦਾ ਦੋ ਹੱਥ ਹੋ ਜਾਣਗੇ। ਸਵੈਲਿੰਗ ਸੋਜਸ ਨੂੰ ਘਟਾਉਂਦਾ, ਬਲੱਡ ਫਲੋ ਵਧਾਉਂਦਾ। ਸਭ ਤੋਂ ਬੜੀ ਪ੍ਰੋਬਲਮ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ, ਕਹਿੰਦੇ ਮੈਨੂੰ ਫਲਾਣੀ ਚੀਜ਼ ਖਰਾਬ ਹੋ ਗਈ ਬੋਡੀ ਪਾਰਟ, ਉਹ ਕਿਉਂ ਹੋਈ, ਕਿਉਂਕਿ ਬਲੱਡ ਫਲੋ ਘੱਟ ਗਿਆ, ਇਹ ਬਲੱਡ ਫਲੋ ਵਧਾਉਂਦਾ। ਇਮਿਊਨ ਸਿਸਟਮ ਨੂੰ ਹੈਲਪ ਕਰਦਾ, ਐਕਨੇ, ਮੂੰਹ ਤੇ ਜਿਹੜੇ ਫਿੰਸੀਆਂ ਦਾਣੇ ਹੁੰਦੇ ਨੇ ਲੋਕਾਂ ਦੇ ਸਰੀਰ ਤੇ, ਉਹਨੂੰ ਘਟਾਉਂਦਾ। ਤੇ ਤੁਸੀਂ ਮੈਨੂੰ ਮੈਨੇ ਕਿ ਇਹ ਇੱਕ ਜਿਹੜਾ ਸਭ ਸਾਰੀ ਲੇਡੀਜ਼ ਨੂੰ ਜਿਹੜੀ ਚੀਜ਼ ਸਾਡੇ ਕੋ ਹੈਗੀ ਠੰਡ ਜੀ, ਤਾਂ ਮੈਨੇ ਇਹ ਜਿਹਾ ਰਾਮਬਾਣ ਲੱਭਿਆ ਕਿ ਹਿੰਗ ਲੱਗੇ ਨਾ ਫਟਕੇ, ਰੰਗ ਚੋਖਾ ਹੋਵੇ ਤੇ ਸੱਪ ਵੀ ਮਰੇ ਤੇ ਲਾਠੀ ਵੀ ਨਾ ਟੁੱਟੇ, ਸਭ ਕੁਛ, ਸਾਰੀਆਂ ਵਾਲੀਆਂ ਕਹਾਵਤਾਂ ਆਪਣੀਆਂ ਟੁੱਕਦੀਆਂ ਜੇ। ਹੁਣ ਲੱਕੜਡੋਂਗ ਹਲਦੀ, ਜਿਹਦੇ ਕਿ ਬੈਨੀਫਿਟ ਆਪਾਂ ਬਹੁਤ ਸੋਹਣੇ ਦੱਸ ਚੁੱਕੇ, ਹੁਣੇ ਮੈਂ ਤੁਹਾਨੂੰ ਬੈਨੀਫਿਟ ਦੱਸੇ ਨੇ ਨਟ ਮੈਗ ਦੇ। ਤੁਸੀਂ ਜਾਣਦੇ ਹੋ ਕਾਰਡਮਨ, ਜਿਹਨੂੰ ਕਿ ਛੋਟੀ ਇਲਾਚੀ ਕਹਿੰਦੇ ਆ, ਉਹਦੇ ਬਹੁਤ ਬੈਨੀਫਿਟ ਨੇ, ਚਾਹੇ ਤੁਸੀਂ ਅਗਰ ਕਰਨਾ ਚਾਹੁੰਦੇ ਹੋ, ਹੈ ਨਾ, ਇਹ ਬੈਡ ਬ੍ਰੈਥ ਤੇ ਦੰਦਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਚ ਹੈਲਪ ਕਰਦੀ ਹੈ ਕਾਰਡਮਨ। ਡਰਾਈ ਜਿੰਜਰ, ਜਿਹਨੂੰ ਸੁੰਡ ਵੀ ਕਹਿ ਦਿੰਦੇ ਆ, ਉਹਦੇ ਤਾਂ ਫਾਇਦੇ ਹੀ ਫਾਇਦੇ ਨੇ, ਉਹਦਾ ਸੁਣ ਲਓ ਫਾਇਦੇ ਕੀ ਕੀ ਨੇ।
ਉਹ ਡਾਈਜੈਸ਼ਨ ਤੇ ਕੋਲੇਸਟ੍ਰੋਲ ਲੋਅਰ ਕਰਦਾ, ਡਾਈਜੈਸ਼ਨ ਨੂੰ ਹੈਲਪ ਕਰਦਾ। ਇਹ ਤਾਂ ਛੋਟੇ ਛੋਟੇ ਫਾਇਦੇ ਹੈ, ਇਹ ਸਭ ਤੇ ਇੱਕ ਅਲੱਗ ਵੀਡੀਓ ਬਣ ਸਕਦੀ ਹੈ ਅਸਲ ਚ। ਮਗਰ ਆਪਾਂ ਤਾਂ ਰਾਮਬਾਣ, ਸਿਨੇਮਨ ਜਿਹਨੂੰ ਤੁਸੀਂ ਦਾਲ ਚੀਨੀ ਕਹਿੰਦੇ ਹੋ, ਅੱਛੀ ਕੁਆਲਿਟੀ ਦੀ, ਜਿਹੜੀ ਕਿ ਬਲੱਡ ਸ਼ੂਗਰ ਨੂੰ ਲੋਅ ਕਰਦੀ ਹੈ ਤੇ ਡਾਇਬਟੀਜ਼ ਦੇ ਰਿਸਕ ਤੋਂ ਬਚਾਉਂਦੀ ਹੈ। ਹੋਰ ਹੁਣ ਇਹ ਸਭ ਦੇ ਫਾਇਦੇ ਸੁਣ ਲਏ ਤੁਸੀਂ, ਨਟਮੈਗ ਦੇ ਫਾਇਦੇ ਦੱਸਦੇ। ਹੁਣ ਇਮੈਜਿਨ ਕਰੋ ਤੁਹਾਨੂੰ ਇੱਕ ਵਰਡ ਪੁੱਛਦਾ, ਤੁਸੀਂ ਪੰਜਾਬੀ ਦਾ ਵਰਡ ਦੱਸਣਾ, ਉਹ ਜ਼ੂਮ ਨਹੀਂ ਕਰਦੇ, ਜ਼ੂਮ ਮੈਗਨੀਫਾਈਂਗ ਗਲਾਸ ਜਿਹਨੂੰ ਐਂਪਲੀਫਾਇਰ ਕਹਿੰਦੇ ਆ, ਐਂਪਲੀਫਾਇਰ ਉਹਨੂੰ ਪੰਜਾਬੀ ਚ ਕੀ ਕਹਾਂਗੇ ਮੈਨੂੰ ਐਗਜੈਕਟ ਵਰਡ ਨਹੀਂ ਪਤਾ। ਇਹ ਚੀਜ਼ਾਂ ਨੂੰ ਇੱਕ ਚੀਜ਼ ਇਹੀ ਜਿਹੀ ਲੱਭੀ ਜਿਹੜੀ ਇੱਕ ਰੁਪਏ ਨੂੰ 2000 ਬਣਾ ਦੇਗੀ। ਹੁਣ ਇਮੈਜਿਨ ਕਰੋ ਕਿ ਤੁਸੀਂ 7% ਕੁਰਕਮੇ ਨਾਲ ਹਲਦੀ ਖਾਈ, ਮਗਰ ਉਹਨੂੰ 2000 ਗੁਣਾ ਤੁਹਾਡੀ ਬੋਡੀ ਨੂੰ ਅਵੇਲੇਬਲ ਕਰਤਾ। ਆਪਾਂ ਨੇ ਇੱਕ ਇਹੀ ਜਿਹੀ ਚੀਜ਼ ਲੱਭੀ, ਉੱਥੇ ਪਹੁੰਚ ਰਹੇ ਹਾਂ। ਤੁਹਾਨੂੰ ਕਾਲੀ ਮਿਰਚ ਦੇ ਬਾਰੇ ਬਹੁਤ ਬੈਨੀਫਿਟ ਸੁਣਿਆ, ਮੈਂ ਬੜੀ ਵਾਰੀ ਵੀਡੀਓ ਚ ਦੱਸਦਾ ਕਿ ਕਾਲੀ ਮਿਰਚ ਤਾਜ਼ੀ ਕ੍ਰਸ਼ ਕਰਕੇ ਖਾਣੀ ਚਾਹੀਦੀ ਹੈ। ਹੁਣ ਕਈ ਲੋਕਾਂ ਨੂੰ ਪਤਾ, ਕਈਆਂ ਨਹੀਂ, ਜਿਵੇਂ ਹਲਦੀ ਦੇ ਵਿੱਚ ਜਿਹੜੀ ਮੇਨ ਚੀਜ਼ ਹੈ ਨਾ, ਹਲਦੀ ਚ ਕੁਰਕਮਿਨ ਹੈ ਤੇ ਆਪਣੇ ਲਈ ਹਲਦੀ ਚ ਉਹ 7% ਤੋਂ ਵੀ ਜ਼ਿਆਦਾ ਹੈ। ਤਾਂ ਹਲਦੀ ਦੇ ਵਿੱਚ, ਹਲਦੀ ਨੂੰ ਹਲਦੀ ਬਣਾਉਣ ਵਾਲਾ ਮੇਨ ਕੰਪਾਊਂਡ ਕੁਰਕਮਿਨ ਹੈ। ਕਾਲੀ ਮਿਰਚ ਨੂੰ, ਕਾਲੀ ਮਿਰਚ ਬਣਾਉਣ ਵਾਲਾ ਕੰਪਾਊਂਡ ਪਾਈਪਰਿਨ, ਉਹਨੂੰ ਪੈਪਰਿਨ ਕਹਿੰਦੇ ਨੇ, ਇੰਡੀਆ ਚ ਪੈਪਰਿਨ ਕਹਿੰਦੇ ਨੇ, ਉਹ ਪਾਈਪਰਿਨ ਨਾਮ ਦਾ ਕੰਪਾਊਂਡ ਹੈ। ਹੁਣ ਪਾਈਪਰਿਨ ਦੇ ਬੈਨੀਫਿਟ ਪਹਿਲਾਂ ਤਾਂ ਥੋੜੇ ਜਿਹੇ, ਬੰਦਾ ਕਹਿੰਦਾ ਥੋੜੇ ਜਿਹੇ ਬੈਨੀਫਿਟਸ ਨੇ, ਸੁਣ ਲਓ। ਇਹ ਸਟਮਕ ਏਕ, ਢਿੱਡ ਦਰਦ ਤੋਂ ਬਚਾਉਂਦੀ ਹੈ। ਇਹ ਐਂਟੀ ਇਨਫਲੇਮੇਸ਼ਨ ਹੈ, ਬਿਨਾਂ ਗੱਲੋਂ ਸੋਜਸ, ਜਿਹੜੀ ਨਰਵਸ ਦੀ ਸੋਜਸ ਆ ਗਈ ਉਹ ਤੋਂ ਬਚਾਉਂਦਾ ਹੈ। ਇਹਦੇ ਵਿੱਚ ਵਿਟਾਮਿਨ ਕੇ, ਜਿਹੜਾ ਕਿ ਬਹੁਤ ਅੱਛਾ ਵਿਟਾਮਿਨ ਹੈ, ਆਇਰਨ ਤੇ ਮੈਗਨੀਸ਼ੀਅਮ ਹੈ। ਮਗਰ ਪਾਈਪਰਿਨ ਚ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਅਸੀਂ, ਤੁਸੀਂ ਕਹੋਗੇ ਕਿ ਬਲੈਕ ਪੈਪਰ ਦੇ ਵਿੱਚ ਕਾਲੀ ਮਿਰਚ ਇੱਕ ਇਹੀ ਚੀਜ਼ ਹੈ। ਹੁਣ ਕੀ ਹੁੰਦਾ, ਵੈਸੇ ਤੁਹਾਨੇ ਕੋਈ ਚੀਜ਼ ਖਾਈ, ਆਪਣੇ ਸਰੀਰ ਨੂੰ ਉਹਦੀ ਅਵੇਲੇਬਿਲਟੀ ਕਿੰਨੀ ਹੈ। ਹੁਣ ਤੁਸੀਂ ਕੁਰਕਮਿਨ ਖਾਈ, ਸਮਝੋ 100% ਅਵੇਲੇਬਿਲਟੀ ਹੋਈ, ਤਾਂ ਬੰਦਾ ਕਹਿੰਦਾ ਬੱਲੇ ਬੱਲੇ ਕਿ 7 ਗ੍ਰਾਮ ਵਾਲੀ ਕੁਰਕਮਿਨ 7 ਗ੍ਰਾਮ ਲੱਗ ਗਈ। ਹੁਣ ਇਮੈਜਿਨ ਕਰੋ ਮੈਂ ਤੁਹਾਨੂੰ ਇੱਕ ਐਂਪਲੀਫਾਇਰ, ਐਂਪਲੀਫਾਇਰ ਹੁੰਦਾ ਜਿਹੜਾ ਇੱਕ ਚੀਜ਼ ਨੂੰ 1 ਤੋਂ 100 ਬਣਾ ਦੇ, 200 ਬਣਾ ਦੇ। ਮੈਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦੇ ਦਾਂ ਜਿਹੜਾ ਤੁਹਾਡੇ ਸਰੀਰ ਨੂੰ ਜਿਹੜੀ 7% ਕੁਰਕਮਿਨ 7 × 2000 ਕਰ ਦੇ, 7 × 2000 ਕਿੰਨਾ ਹੋ ਗਿਆ ਜੀ, 7 × 1400 14000 ਪਾਈਪਰਿਨ ਦੇ ਵਿੱਚ ਇੱਕ ਚੀਜ਼ ਹੈ ਬਲੈਕ ਪੈਪਰ, ਜਿਹੜੀ ਪਾਈਪਰਿਨ ਉਸਦੇ ਵਿੱਚ ਮੇਨ ਕੰਪਾਊਂਡ ਹੈ, ਬਲੈਕ ਪੈਪਰ ਵਿੱਚ, ਕਾਲੀ ਮਿਰਚ ਦੇ ਵਿੱਚ, ਜਿਹਦੇ ਚ ਪਾਈਪਰਿਨ ਇੱਕ ਇਹੋ ਜਿਹਾ ਕੰਪਾਊਂਡ ਹੈ। ਇਹ ਬਾਕੀ ਨਿਊਟ੍ਰੀਸ਼ਨ ਜਿਹੜੀ ਤੁਸੀਂ ਇਹਦੇ ਨਾਲ ਖਾਂਦੇ ਹੋ ਉਹਦੀ ਬਾਇਓ ਅਵੇਲੇਬਿਲਿਟੀ ਮਤਲਬ ਹੈ ਸਰੀਰ ਨੂੰ ਉਹਦੀ ਅਵੇਲੇਬਿਲਿਟੀ। ਪਹਿਲਾਂ ਤੁਸੀਂ 100 ਗ੍ਰਾਮ ਖਾ ਰਹੇ ਸੀ, 2 ਗ੍ਰਾਮ ਲੱਗ ਰਹੀ ਸੀ, ਇਹ 2 ਗ੍ਰਾਮ ਨੂੰ 2000 ਨਾਲ ਗੁਣਾ ਕਰ ਦੂਗੀ ਉਹ। ਯਾਨੀ ਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਜਿਹੜੇ ਖੁਰਾਕੀ ਤੱਤ ਨੂੰ ਵਧਾ ਦਿੰਦੀ ਹੈ, ਖੁਰਾਕੀ ਤੱਤਾਂ ਨੂੰ ਵਧਾ ਦਿੰਦੀ ਹੈ, ਉਹਦੀ ਅਵੇਲੇਬਿਲਿਟੀ, ਉਹਨੂੰ ਖਿੱਚਣ ਦੀ ਸ਼ਮਤਾ, ਤੁਹਾਡੀ ਮੌਜੂਦਗੀ ਜਿਹੜੀ ਹੈ ਉਹਦੀ ਮੌਜੂਦਗੀ ਵਧਾ ਦਿੰਦੀ, 2000 ਗੁਣਾ। ਇਹ ਰਿਸਰਚ ਹੈ। ਹੁਣ ਇਮੈਜਿਨ ਕਰੋ ਤੁਸੀਂ ਚੱਜ ਦੀ ਚੀਜ਼ ਖਾ ਰਹੇ ਹੋ, ਤੁਸੀਂ ਮੇਰੇ ਪਹਿਲੇ ਨੰਬਰ ਤੇ, ਮੇਰੀ ਪਹਿਲਾਂ ਹਮੇਸ਼ਾ ਆਪਣਾ ਡਿਸਕਲੇਮਰ ਉਹੀ ਹੈ ਨਾ ਕਿ ਮੈਂ ਇਹ ਸੋਚ ਕੇ ਚੱਲਦਾ, ਜੇ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਨਾ ਕੁਲਵੰਤੀ ਦਾ, ਤਾਂ ਤੁਸੀਂ ਮੇਰੇ ਵਾਂਗੂ ਖਾਣ 'ਚ ਬਿਲੀਵ ਕਰਦੇ ਹੋ। ਪਹਿਲੀ ਗੱਲ ਤਾਂ ਉਹਦੇ ਨਾਲ ਤੁਹਾਡੀ ਬੋਡੀ ਦੀ ਚੀਜ਼ਾਂ 'ਚੋਂ ਤੱਤ ਖਿੱਚਣ ਦੀ ਸ਼ਕਤੀ ਵੱਧ ਜਾਂਦੀ ਹੈ। ਉਹ ਤੋਂ ਬਾਅਦ ਤੁਸੀਂ ਆ ਜਿਹੜੇ ਪ੍ਰੋਡਕਟ ਮੈਂ, ਜਿਹਨਾਂ ਦੇ ਉੱਪਰ ਅਸੀਂ ਇੰਨੀ ਜ਼ੋਰ ਮਾਰ ਮਾਰ ਕੇ ਚੀਜ਼ਾਂ ਲੱਭਦੇ ਹਾਂ, ਜੇ ਤੁਸੀਂ ਉਹ ਲੈਂਦੇ ਹੋ, ਉਹ ਸੋਨੇ ਤੇ ਸੁਹਾਗੇ ਤੇ ਉੱਪਰ ਸੁਹਾਗੇ ਤੇ ਉੱਪਰ ਸੁਹਾਗਾ, ਇਹ 4 ਲਾ ਲਓ ਤੁਸੀਂ 2000 ਗੁਣਾ ਬਾਇਓ ਅਵੇਲੇਬਿਲਿਟੀ। ਹੁਣ ਇਮੈਜਿਨ ਕਰੋ ਸਾਰੇ ਕੁਰਕਮਿਨ ਦੇ ਤੱਤ, ਸਾਰੇ ਨਟਮੈਗ ਜਿਹਦੇ ਮੈਂ ਇੰਨੇ ਫਾਇਦੇ ਦਵਾਏ, ਉਹਦੇ ਸੁੰਡ ਜਿਹਨੂੰ ਕਹਿੰਦੇ ਡਰਾਈ ਜਿੰਜਰ ਦੇ ਤੱਤ, ਅੱਛਾ ਇੱਕ ਹੋਰ ਚੀਜ਼ ਹੈ ਕਲੋਵ, ਕਲੋਵ ਹੁੰਦਾ ਜਿਹਨੂੰ ਤੁਸੀਂ ਕਹਿੰਦੇ ਲੌਂਗ, ਬੈਡ ਗੱਟ, ਜਿਹੜਾ ਗੱਟ ਸਮਝਦੇ ਤੁਸੀਂ, ਜਿਹੜੇ ਆਪਣੀ ਆਪਣੀ ਅੰਤਲਾਂ ਦੇ ਜਿਹੜੀ ਡੈਮੇਜ ਹੋ ਗਈ ਉਹਨੂੰ ਹੈਲਪ ਕਰਦਾ, ਉਹਦਾ ਜਿੰਜਰ ਦਾ, ਇਲਾਚੀ ਦਾ, ਸਿਨੇਮਨ ਦਾ, ਨਟਮੈਗ ਦਾ, ਲਕਡਾਊਨ ਹਲਦੀ ਦੇ ਇਫੈਕਟ ਨੂੰ 2000 ਗੁਣਾ ਕਰਦੇ। ਆਪਾਂ ਉਹਦੇ ਨਾਲ ਇੱਕ ਚੀਜ਼ ਪਾ ਕੇ ਸਵਾਦ ਤਾਂ ਸਵਾਦ, ਸਾਰਾ ਕੁਛ ਪਾਵਰ ਪੈਕ, ਤਾਂ ਲਓ ਜੀ ਸਾਡਾ ਨਵਾਂ ਪ੍ਰੋਡਕਟ, ਇਹਨੂੰ ਕਹਿੰਦੇ ਟਰਮਰਿਕ ਲਾਟੇ। ਲਾਟੇ ਮਤਲਬ ਹੁੰਦਾ ਦੁੱਧ, ਕਈ ਲੋਕਾਂ ਨੂੰ ਪਤਾ ਨੀ, ਟਰਮਰਿਕ ਮਤਲਬ ਆਪਣੀ ਹਲਦੀ, ਤੇ ਇਸ ਚ ਕਿਹੜੀ ਹਲਦੀ ਹੈ, ਇਸ ਚ ਹਲਦੀ ਹੈ ਲਕਡਾਊਨ ਟਰਮਰਿਕ, ਮਾੜਾ ਜਾ ਓਕੇ ਹੈ, ਜਿਵੇਂ ਮੈਂ ਘੀ ਦੇ ਲਈ ਮਾੜਾ ਜਾ ਓਕੇ ਹੈ,
ਕੀ ਤਾਂ ਬਹੁਤ ਸੋਚਦੀ ਚੀਜ਼ ਹੈ ਮਗਰ ਅਗਰ ਨਹੀਂ ਹੈ ਤਾਂ ਇਹ ਚੀਜ਼ ਤੁਹਾਡੀ ਚਾਹ ਦੀ ਤਲਬ ਨੂੰ ਮਾਈਨਸ ਤੋਂ 2000 ਗੁਣਾ ਕਰ ਦੇਗੀ। ਹੁਣ ਇਹਦੇ ਚ ਇੱਕ ਚੀਜ਼ ਦੱਸ ਦਿੰਦਾ ਜੀ, ਬੜੀ ਸੋਹਣੀ ਰਿਸਰਚ ਹੈ, ਪਾਈਪਰਿਨ ਕਿਹਨੂੰ ਨਹੀਂ ਖਾਣੀ ਚਾਹੀਦੀ। ਹਮੇਸ਼ਾ ਸਾਡਾ ਕੰਮ ਇਹ ਹੁੰਦਾ, ਜਿਹੜਾ ਬੰਦਾ ਕੋਈ ਕਾਫੀ ਤੇਜ਼ ਮੈਡੀਸਿਨ ਲੈਂਦਾ, ਹੁਣ ਪਾਈਪਰਿਨ ਕੀ ਕਰਦਾ, ਇਹਨੇ ਕੋਈ ਵੀ ਚੀਜ਼ ਜਿਹੜੀ ਤੁਸੀਂ ਬਾਡੀ ਚ ਪਾਈ ਉਹਨੂੰ 2000 ਗੁਣਾ ਜ਼ਿਆਦਾ ਇਨਹੈਂਸ ਕਰ ਦੇਣਾ। ਜੇ ਤੁਸੀਂ ਕੋਈ ਦਵਾਈ ਖਾਈ ਜਿਹਦੀ ਡੈਮੇਜਿੰਗ ਇਫੈਕਟ ਹੈ ਤੁਹਾਡੀ ਬਾਡੀ ਤੇ, ਤੇ ਤੁਸੀਂ ਉਹਦੇ ਨਾਲ ਕਾਲੀ ਮਿਰਚ ਖਾ ਲਈ, 2000 ਗੁਣਾ ਡੈਮੇਜ ਵੀ ਕਰੂਗੀ। ਯਾਦ ਰੱਖਿਓ ਕਦੇ ਵੀ ਕਾਲੀ ਮਿਰਚ, ਇਹ ਬਹੁਤ ਜ਼ਿਆਦਾ ਵਧੀਆ ਇਨਫੋਰਮੇਸ਼ਨ ਲੱਭੀ ਆਪਾਂ ਨੇ। ਹੁਣ ਤੁਸੀਂ ਲੈਟਸ ਸੇ ਤੁਸੀਂ ਕੋਈ ਡਿਪਰੈਸ਼ਨ ਦੀ ਦਵਾਈ ਖਾ ਰਹੇ ਹੋ, ਤੁਸੀਂ ਕਾਲੀ ਮਿਰਚ ਨਾਲ ਖਾ ਲਈ ਜਾਂ ਸਾਡਾ ਆਹ ਟਰਮਰਿਕ ਲਾਟੇ ਨਾਲ ਪੀ ਲਿਆ, ਉਹ 2000 ਗੁਣਾ ਜ਼ਿਆਦਾ ਡੈਮੇਜ ਕਰੇਗੀ ਤੁਹਾਨੂੰ ਡੈਮੇਜ। ਤਾਂ ਇਹ ਹੈਲਦੀ ਚੀਜ਼ ਦਾ ਦੋਸਤ ਹੈ, ਅਨਹੈਲਦੀ ਚੀਜ਼ ਨਾਲ ਤੁਹਾਡਾ ਦੁਸ਼ਮਣ ਵੀ ਬਣ ਸਕਦਾ। ਤਾਂ ਯਾਦ ਰੱਖਣਾ ਜੇ ਤੁਸੀਂ ਕੋਈ ਤਿੱਖੀ ਦਵਾਈ ਖਾਂਦੇ ਹੋ, ਮੈਂ ਤਾਂ ਕੋਈ ਵੀ ਐਲੋਪੈਥੀ ਦਵਾਈ ਅਗਰ ਨਹੀਂ ਖਾਂਦੇ ਤਾਂ ਇਹਨੂੰ ਦੇ ਸਕਦੇ ਹੋ। ਜੇ ਤੁਸੀਂ ਕੋਈ ਐਲੋਪੈਥੀ ਦਵਾਈ ਖਾਂਦੇ ਹੋ, ਮੈਂ ਘੰਟਾ ਡੇਢ ਘੰਟਾ, ਕਿਉਂਕਿ ਬਲੱਡ ਚ ਨਹੀਂ ਦੇਰ ਰਹੇਗੀ, ਇਹ ਨਹੀਂ, ਇਹ ਮੈਂ ਉਹ ਤੋਂ ਘੰਟਾ ਡੇਢ ਘੰਟਾ ਦਾ ਗੈਪ ਪਾ ਕੇ ਲਾਊਂਗਾ, ਕਿਉਂਕਿ ਮੈਂ ਨਹੀਂ ਚਾਹੁੰਦਾ ਉਹ ਗੰਦਾ ਕੈਮੀਕਲ 2000 ਗੁਣਾ ਹੋ ਕੇ ਤੁਹਾਡੀ ਬਾਡੀ ਨੂੰ ਨੁਕਸਾਨ ਕਰ ਦੇ। ਮਗਰ ਜੇ ਤੁਸੀਂ ਅਸ਼ਵਗੰਧਾ ਲੈ ਰਹੇ ਹੋ, ਜੇ ਤੁਸੀਂ ਮਿਲਕ ਥਿਸਲ ਲੈ ਰਹੇ ਹੋ, ਜੇ ਤੁਸੀਂ ਸਾਡੀ, ਹੋਰ ਦੇਖੋ ਨਾ ਆਪਾਂ ਤਾਂ ਬੈਨੀਫਿਟ ਨੂੰ ਰਾਹ ਦੇਣੀ ਹੈ, ਜੇ ਤੁਸੀਂ ਸਾਡੀਆਂ ਆਹ ਦੋਨੋਂ ਚੀਜ਼ਾਂ ਚੋਂ ਕੋਈ ਚੀਜ਼ ਨਾਲ ਪੰਗਾ ਲੈ ਰਹੇ ਹੋ, ਲੈ ਕੇ ਖਾ ਰਹੇ ਹੋ, ਉਸ ਵਕਤ ਕਾਲੀ ਮਿਰਚ 2000 ਗੁਣਾ ਐਂਪਲੀਫਾਈ ਕਰੇਗੀ। ਤਾਂ ਤੁਸੀਂ ਕਹੋਗੇ ਬੱਲੇ ਬੱਲੇ ਚੀਜ਼ ਕੋਈ ਫਰਕ ਪਾ ਰਹੀ ਹੈ, ਤਾਂ ਇਹ ਚੀਜ਼ ਇੰਨੀ ਸੋਹਣੀ ਨਿਕਲੀ ਜੀ। ਇਹ ਨਾ ਮੈਨੇ ਆਪ ਟੈਸਟ ਕਰੀ, ਉਹਨਾਂ ਨੇ ਮੈਂ ਸਿਰਫ ਚੱਕ ਲਿਆ ਸੀਗਾ ਇੰਡੀਆ ਤੋਂ ਆਉਂਦੇ ਹੋਏ। ਗੱਟ ਜਿਹੜੀ ਆਪਾਂ ਨੂੰ ਗੱਟ ਨਹੀਂ ਕਹਿੰਦੇ, ਆਪਣਾ ਆਂਤੜਾਂ ਦੀ ਸੋਜਸ ਜਿਹਨੂੰ ਇਨਫਲੀਮੇਸ਼ਨ ਕਹਿੰਦੇ, ਜਿਹਨੂੰ ਜਿਹਦੇ ਕਰਕੇ IBS ਲੀਕੀ ਗੱਟ ਪੁੱਛੋ ਹੀ ਨਾ ਕੀ ਨਹੀਂ ਹੁੰਦਾ, ਆਟੋ ਡਿਸਆਰਡਰ। ਇਹ ਇੰਨਾ ਸੋਹਣਾ ਕੰਮ ਦਿੱਤਾ ਇਹਨੇ, ਤੇ ਸਵਾਦ ਦਾ ਸਵਾਦ, ਇੰਨਾ ਸਵਾਦ ਹੈ ਜੀ ਇਹ, ਇੰਨਾ ਸਵਾਦ ਹੈ ਕਿ ਬੰਦਾ ਕਹੇਗਾ ਚਾਹ ਦੀ ਲੋੜ ਕੀ ਹੈ ਮੈਨੂੰ, ਦੁੱਧ ਵਰਗਾ ਟੇਸਟ ਹੈ। ਮਿਠਾਸ ਸਾਡੇ ਸਟੀਵੀਆ, ਸਾਡਾ ਸਟੀਵੀਆ ਪਾਓ, ਮਿਠਾਸ ਆ ਗਈ, ਤੇ ਸਾਡੇ ਕੋਲ ਚਲੋ ਮੰਨਿਆ, ਸਾਡੇ ਕੋਲ ਤਾਂ ਗਰਮ, ਤੁਹਾਡੇ ਕੋਲ ਗਰਮ ਮੌਸਮ ਹੈ, ਸਾਡੇ ਕੋਲ ਠੰਡਾ ਮੌਸਮ ਹੈ, ਇੰਜੋਏ ਲਾਗ ਕਰੋ। ਜਦ ਵੀ ਮੇਰੀ ਵਾਈਫ ਕਹਿੰਦੀ ਹਾਂਜੀ ਚਲੋ ਚਾਹ ਪੀਏ, ਸਾਡਾ ਮਤਲਬ ਹੈ, ਚਾਹ ਦਾ ਮਤਲਬ ਕੀ ਹੈ, ਸਾਡਾ ਲਾਟੇ ਟਰਮਰਿਕ ਲਾਟੇ, ਕੜਾ, ਸਾਡਾ ਟਰਮਰਿਕ ਲਾਟੇ ਪੀਏ। ਹੁਣ ਸੁਣੋ ਜੀ, ਮੈਂ ਇਹਨੂੰ ਬਣਾਊਂਗਾ ਕਿਵੇਂ, ਕਿਉਂਕਿ ਦੁੱਧ ਤਾਂ ਮੈਂ ਕਹਿੰਦਾ ਨੀ, ਜੇ ਤੁਹਾਡੇ ਕੋਲ ਔਰਗੈਨਿਕ ਦੁੱਧ ਹੈਗਾ ਜਾਂ ਔਰਗੈਨਿਕ ਦੁੱਧ ਦੀ ਕਰੀਮ ਹੈਗੀ ਵੱਖਰੀ ਗੱਲ ਹੈ, ਵਰਨਾ ਮੈਂ ਤੁਹਾਨੂੰ ਦੁੱਧ ਬਣਾਉਣਾ ਸਿਖਾਇਆ ਹੋਇਆ ਜਿਵੇਂ ਕਿ 10-12 ਬਦਾਮ ਵਧੀਆ ਕੁਆਲਿਟੀ ਦੇ ਰਾਤ ਨੂੰ ਭਿਓ ਕੇ ਰੱਖਦੇ ਨੇ, ਨੂਣ ਤੇ ਨਿੰਬੂ ਵਾਲੇ ਪਾਣੀ ਚ, ਕਿਹੜਾ ਨੂਣ, ਸੇਂਦਾ ਨਮਕ, ਮਾੜਾ ਨਿੰਬੂ ਨੂੰ ਚੋੜ ਦੇਣਾ ਹੈ ਨਾ ਬਾਟੇ ਚ, ਕੰਚ ਦੇ ਬਾਟੇ ਚ, ਸਟੀਲ ਚ ਨੀ ਕਰਦਾ ਮੈਂ ਕੱਚ ਯੂਜ਼ ਕਰਕੇ ਖੁਸ਼ ਹਾਂ। ਪਿੱਛੇ ਦੀ ਸੋਚ ਕੀ ਹੈ ਨੂਣ ਤੇ ਨਿੰਬੂ ਵਾਲੇ ਬਾਟੇ ਚ? ਇਹ ਬਦਾਮਾਂ ਚ ਇੱਕ ਐਨਜ਼ਾਈਮ ਹੁੰਦਾ, ਐਨਜ਼ਾਈਮ ਹੁੰਦੇ ਨੇ ਕੁਛ ਕੈਮੀਕਲ ਜਿਹੜਾ ਤੁਹਾਡੇ ਡਾਈਜੈਸ਼ਨ ਚ ਬਦਾਮ ਨੂੰ ਨਿਕਲ ਦਿੰਦਾ, ਸਿੱਧਾ ਹੀ ਕੱਢ ਦਿੰਦਾ, ਤੁਹਾਡਾ ਤੱਤ ਨਹੀਂ ਲੈ ਦਿੰਦਾ। ਹੁਣ ਥੋੜੀ ਸਟੋਰੀ ਦੱਸ ਦਿੰਦਾ, ਪੇੜ ਦਾ ਬੀਜ ਹੈ ਬਦਾਮ, ਪੇੜ ਚਾਹੇਗਾ ਉਹਦਾ ਬੀਜ ਮਰੇ ਨਹੀਂ, ਤਾਂ ਪੇੜ ਜਦੋਂ ਬਦਾਮ ਬਣਾਉਂਦਾ ਉਹਦੇ ਚ ਇੱਕ ਚੀਜ਼ ਪਾਉਂਦਾ, ਦੇਖੋ ਬੜੀ ਸੋਹਣੀ ਕੁਦਰਤ ਹੈ, ਪੰਛੀ ਬਦਾਮ ਖਾ ਕੇ 100 ਕਿਲੋਮੀਟਰ ਦੂਰ ਜਾ ਕੇ ਬਿੱਠ ਕਰਦਾ, ਉੱਥੇ ਵੀ ਪੇੜ ਨਿਕਲ ਆਉਂਦਾ, ਉਹਦੇ ਸਾਰੇ ਡਾਈਜੈਸ਼ਨ ਸਿਸਟਮ ਚੋਂ ਨਿਕਲਣ ਤੋਂ ਬਾਅਦ ਵੀ, ਦੱਸੋ ਕਿਉਂ? ਪੇੜ ਬਹੁਤ, ਉਹ ਵੀ ਨੇਚਰ ਹੈ, ਉਹ ਵੀ ਨੇਚਰ ਹੈ, ਇੱਕ ਦੂਜੇ ਨਾਲ ਲੜਨਾ ਜਾਣਦੇ ਹੈ। ਬਦਾਮ ਦਾ ਪੇੜ ਐਨਜ਼ਾਈਮ ਪਾ ਕੇ ਭੇਜਦਾ, ਉਹ ਐਨਜ਼ਾਈਮ ਦਾ ਨਾਮ ਹੈ, ਇੱਕ ਤਰ੍ਹਾਂ ਦਾ ਕੈਮੀਕਲ ਹੈ, ਐਨਜ਼ਾਈਮ ਇਨਹਿਬਿਟਰ, ਇਨਹਿਬਿਟਰ ਮਤਲਬ ਰੋਕਣ ਵਾਲਾ, ਉਹ ਤੁਹਾਡੇ ਡਾਈਜੈਸਟ ਸਿਸਟਮ ਚ ਉਹਨੂੰ ਹਜਮ ਨਹੀਂ ਹੋਣ ਦਿੰਦਾ, ਐਜ਼ ਇਟ ਇਜ਼ ਨਿਕਲ ਜਾਂਦਾ, ਤੁਹਾਨੂੰ ਲੱਗਦਾ ਤੁਸੀਂ ਚੱਬ ਲਿਆ, ਨਹੀਂ, ਉਹ ਐਨਜ਼ਾਈਮ ਇਨਹਿਬਿਟਰ ਜਦੋਂ ਆਪਾਂ ਜਰਮੀਨੇਸ਼ਨ ਕਰਦੇ ਨੇ, ਜਰਮੀਨੇਸ਼ਨ ਸਮਝ, ਪੁੰਗਰਨਾ ਮਾੜੀ ਜੀ, ਉਹ ਆਪਣੇ ਆਪ ਨਿਕਲ ਜਾਂਦਾ, ਬਾਹਰ ਆ ਜਾਂਦਾ, ਕਿਉਂਕਿ ਉਸ ਵਕਤ ਉਹਦਾ ਕੰਮ ਖਤਮ ਹੋ ਗਿਆ। ਜਦੋਂ ਤੁਸੀਂ ਨੂਣ ਤੇ ਨਿੰਬੂ ਵਾਲੇ ਪਾਣੀ ਚ ਬਦਾਮ ਨੂੰ ਪਾ ਕੇ, ਅਖਰੋਟ ਬਦਾਮ ਦੋਨਾਂ ਨੂੰ ਐਨਜ਼ਾਈਮ ਇਨਹਿਬਿਟਰ ਕੱਢ ਕੇ ਖਾਣਾ, ਰੱਖਤਾ, ਅਗਲੇ ਦਿਨ ਉਹ ਸਾਰਾ ਬਾਹਰ ਨਿਕਲਣਾ, ਮੈਂ ਉਹਨੂੰ ਚੰਗੀ ਤਰ੍ਹਾਂ ਧੋ ਕੇ, ਸਕਿਨ ਪਾਰ ਕੇ, ਹੋਰ ਧੋ ਕੇ, ਫਿਰ ਇਹ ਜਿਹੜੇ ਬਦਾਮ ਬਚ ਗਏ 10-12, ਮੈਂ ਇਹਨੂੰ ਛੋਟੇ ਬਲੈਂਡਰ ਚ ਪਾ ਕੇ ਮਿਕਸੀ ਦੇ ਇਹਨੂੰ ਜਿਵੇਂ ਪੇਸਟ ਬਣਾ ਦੂੰਗਾ, ਫਿਰ ਮਾੜਾ ਜਿਹਾ ਪਾਣੀ ਪਾਊਂਗਾ ਹੋਰ ਪੇਸਟ ਬਣਾ ਦੂੰਗਾ, ਮਾੜਾ ਜਿਹਾ ਪਾਣੀ ਪਾਊਂਗਾ ਹੋਰ ਪੇਸਟ ਬਣਾ ਦੂੰਗਾ, ਇਹਦਾ ਮੈਂ ਗਲਾਸ ਦੁੱਧ ਦਾ ਬਣਾ ਲੂੰਗਾ, ਫਿਰ ਮੈਂ ਇਹਦੇ ਵਿੱਚੋਂ, ਇਹਦੇ ਚ ਬੜਾ ਸੋਹਣਾ ਇੱਕ ਚਮਚ ਦਿੱਤਾ ਹੋਇਆ ਇਹਨਾਂ ਨੇ ਨਾਲ, ਖੁਸ਼ਬੂ ਬਹੁਤ ਸੋਹਣੀ, ਬਹੁਤ ਜ਼ਿਆਦਾ, ਇੰਨੀ ਸੋਹਣੀ ਸਪਾਈਸਿਸ ਹੈ ਨਾ, ਇੱਕ ਚਮਚ ਦਿੱਤਾ ਹੋਇਆ ਨਾਲ, ਇਹ ਇੱਕ ਚਮਚ ਐਡੇ ਬੜੇ ਚੋਂ ਤੁਸੀਂ ਦੇਖ ਲਓ, ਤੁਸੀਂ ਅਸੀਂ ਬਹੁਤ ਯੂਜ਼ ਕਰ ਚੁੱਕੇ, ਇਹ ਹਜੇ ਵੀ 30-40% ਪਏ ਹੈ ਮੇਰੇ ਕੋਲ, ਅਸੀਂ ਡੇਲੀ 3-4 ਕੱਪ ਪੀ ਰਹੇ ਹਾਂ, ਇਹਦੇ ਠੰਡ ਰਹੋ ਪੀ ਜਾਂਦੇ। ਹੁਣ ਕੀ ਕਰੂੰਗਾ ਮੈਂ ਉਹ ਦੁੱਧ ਨੂੰ ਗਰਮ ਕਰੂੰਗਾ, ਉਹਦੇ ਵਿੱਚ ਇੱਕ ਦੋ ਪੱਤੇ ਸਾਡਾ ਸਟੀਵੀਆ, ਨੈਚੁਰਲ ਸਟੀਵੀਆ ਦੇ ਪਾ ਕੇ ਉਹਨੂੰ ਮਾੜਾ ਜਿਹਾ ਬੋਇਲ ਕਰ ਲੂੰਗਾ, ਜਦੋਂ ਉਹ ਬੋਇਲ ਹੋਣ ਲੱਗ ਗਿਆ ਮੈਂ ਆਹ ਇੱਕ ਚਮਚ, ਕਿਉਂਕਿ ਕੁਰਕਮੇਨ ਹਮੇਸ਼ਾ ਗਰਮ ਕਰੀਦੀ ਹੈ, ਇੱਕ ਚਮਚ ਪਾ ਕੇ ਉਹਦੇ ਉੱਪਰ ਢੱਕਣ ਰੱਖ ਦੂੰਗਾ,
गैस बंद कर दूंगा जिथे उबला गया हूँ उन्होंने दस मिनट या पांच मिनट पिया रहने तीन मिनट वैसे बहुत है कम हो जूगा वह पत्ता स्टीवी का कड के भुनना नहीं ये सारा तत्व बिच चाहिए अपन बस उस टीवी का पत्ता कड़ते इन तुम चाह मंगो बल्ले बल्ले इंजॉय कर सकते मगर मैं ये चाह मैं खाने के नाल पीऊंगा जे तुसी फास्टिंग कर रहे हो जे फास्टिंग थोड़े लिए मैटर नहीं करता फिर तुसी इनू किसी भी टाइम पी सकते हो क्योंकि जिहड़ा बदाम है उस प्रोटीन होंदा है आपां प्रोटीन खाने ना खा के खुश हैं है ना अगर इनू कल्ला तुसी पानी नाल पीना है तां जद मर्जी पी लो जे तुसी दे विच वो पाना है क्रीम या तुसी जिहड़ा बदाम का दुध पाना है फिर मैं इनू खाने दे नाल रिकमेंड करूंगा ते इहदा फायदा की है इहदे नाल ही मैं अपने अश्वगंधा ते मिल्क थिसल ले लूंगा ये पीने के या तो पीने तो दो मिनट पहला क्यों क्योंकि इन्हें ये जिहड़े कि पहले ही कैंड चीजा ने उन्हां दी अवेलेबिलिटी 2000 गुना बढ़ा देनी है जे तुसी आ चाह बना रहे हो दोनों ते चाहे इन्हां दा भी तत्व बढ़ जाए तुसी ये चाह दे नाल या इहदे विचे एक स्कूप छोटा जिहड़ा इहदे विच दित्ता होया वो इहदा पा लेना है स्कूप तत् जो कि मैं पिछली वीडियो थोड़े ना सारी गल करी सी है ना जी थोड़ी पहला बनाई है ये सारे तत् 2000 गुना चक देगी इमेजिन करो जी तुम कि वह तत् जो अपने गल करी हुई है हूँ हल्दी हल्दी तत् यह शानदार ने अगर आप 2000 गुना बना दीए अवेलेबल अपनी बॉडी जब मैं कहना बधा दी मतलब अपनी बॉडी की अवेलेबिलिटी 2000 गुना होर की चाहिए ये तो मतलब मैं तो हैरान हो गया पाइपरिन जिन्हों के काली मिर्च कहने इफेक्ट सुन के हूँ इमेजिन करो तुम कि फ्री टिपा लोगों लैसे घर खाना बना रहे हो असं जिमें करते मैं ते मेरी वाइफ करते हैं अमन जी ते मैं असं की करते हैं असं पहला ऑयल च ऑलिव ऑयल च थोड़ी हल्दी माड़ी जी भुन के जो भी खाना पाना है एंड चे उपर काली मिर्च थोड़ी वह भी कुक कर देनी है हूँ काली मिर्च क्योंकि तो बिच आ गई पाइपरिन आ गई पाइपरिन ने की करना है उन्हें जेड़े भी तत् साढ़े खाने से सारे 2000 गुना एनहेंस करते कहते रविंदर जी थोड़ी स्किन सोहनी है मैंने कुछ थोड़े मैसेज आने उन्हें मैं क्या स्किन सोहनी नहीं है नॉलेज ऑफ हेल्थ इज वेरी इंपॉर्टेंट मेरा सारा मकसद है हेल्थ के उपर नॉलेज इकट्ठी करनी फिर उन्हें घोल के लोगों तक पहुंचाना ये मेरा मकसद है वह फायदा की है ये पिछे लोगों को बीमारियां नहीं लगदियां लोग डॉक्टर के जाके डॉक्टर तंग नहीं करते सर्जरियां नहीं कराते अगर आप अपनी सर देखो तुम कुलवंत जी ये मेरी नॉलेज नहीं है ये अपने सियाणिया की पुरखा की नॉलेज है एक्चुअल चाहिए अपने पुरखा की नॉलेज है मेरा काम का मिशन यह है उन्होंने दोबारा खोद के कढ़ना एक खो गई सी अपने एलोपैथी ने रिफाइंड ऑयल ने पेस्टिसाइड्स ने इन्होंने ना अपने तो सारी अपनी नॉलेज जो हिंदुस्तान हिंदुस्तानी बनाती सी अपने तो खो लिता गया सी अपनी एजुकेशन की जगह से अपन देती जी गलत एजुकेशन अपनी मेडिकल साइंस जी अपनी साइंस सी ओदी जगह से देती अपन एलोपैथिक साइंस फायदा तो कोई नहीं होया विद्वान आप बधे थोड़ी आप नीचे नु गए हैं हेल्थ वाइज मेंटली तो अपना मेरा गोल है कि लोगों को चंगे राह पा दिए ये बेनीफिट्स बहुत ज्यादा है देखो जो पर लिखा है बेनीफिट्स ऑफ टर्मरिक सिर्फ टर्मरिक दे कोल्ड नू कफ ते कोल्ड नू भी रिलीव करती है जुकाम ते खंघ नू डाइजेशन इंप्रूव करती है ब्लड प्योरीफाई करती है इम्यूनिटी सिस्टम इंप्रूव करती है अस्थमा सॉरी अथराइटस पेन नू बहुत ज्यादा हेल्प करती है प्लस ये पाइपरिन पा के 2000 गुना वह भी चकता अपन ने तो किन्ने फायदे हो गए हजे मैंने थोनू रिसर्च नहीं दसी कि क्लोव्स जिन्हों तुसी लौंग कहने उन्होंने की फायदे हैं कार्डमम छोटी इलायची कहने उहदे की फायदे हैं ड्राई जिंजर जिन्हों तुसी सुंड कहने हो है ना उहदे की फायदे हैं सिनेमन दे की फायदे हैं वो तो है मैं गल नहीं करी क्योंकि वीडियो बहुत लंबी हो जानी सी थोड़ा थोड़ा दस दियो थोड़ा थोड़ा आपां दस दईए तो वधिया गल है क्योंकि जिहड़ा कोई इहनू लेगा उसके दिमाग से यह रहेगा भी हाँ यार ये आ चीज कई बार सोचता यार भी मैं आ बाद चो आ भी लैनी है तो जे पता होगा भी आ चीजा भी है तो सिर्फ फिर इसे बनाएगा तो पीएगा तो इंजॉय करेगा हाँ जी देखो हम क्लोव्स ने जिन्हों तुम लौंग कह दें लौंग जब भी थोड़े दंद च पेन होंगी थोड़ा लौंग दिता जाता है ना यह एंटी इनफेक्शन है एंटी बैक्टीरियल है होर सुनो ये लिवर इंप्रूव करता है यह बोन हैल्थ हड्डियों की ताकत इंप्रूव करता है सिर्फ तीन फायदे दस रहा मैं अजे जी है छोटी इलायची ये दंदा की प्रॉब्लम हेल्प करती है प्लस दंदा च जी अपने कहते ना कीड़ा लग गया कैविटी ओनू हाँ ये बुरी ब्रेथ लोगों की ना गंदी स्मेल आती है देखो ऑटोमैटिक लीवर में हेल्प कर रही है
ਜਿਹੜੀ ਡਰਾਈ ਜਿੰਜਰ ਹੈ ਜਿਹਨੂੰ ਸੁੰਡ ਕਹਿ ਦਿੰਦੇ ਆ, ਉਹਦੇ ਤਾਂ ਬਹੁਤ ਹੀ ਫਾਇਦੇ ਨੇ, ਤੁਸੀਂ ਚੱਕ ਕੇ ਦੇਖ ਲਿਓ। ਮਗਰ ਇਹਦਾ ਪਹਿਲਾ ਇਹ ਡਾਈਜੈਸ਼ਨ ਚ ਬਹੁਤ ਸੋਹਣੀ ਹੈਲਪ ਕਰਦਾ, ਦੂਜਾ ਇਹ ਕੋਲੇਸਟ੍ਰੋਲ ਨੂੰ ਲੋ ਕਰਦਾ, ਦੈਟ ਮੀਨਸ ਦੋਨੋਂ ਚੀਜ਼ਾਂ ਲਿਵਰ ਨਾਲ ਜੁੜੀਆਂ ਹੋਈਆਂ। ਦੇਖੋ ਕੋਲੇਸਟ੍ਰੋਲ ਲਿਵਰ ਨਾਲ ਜੁੜਿਆ ਹੈ, ਡਾਈਜੈਸ਼ਨ ਲਿਵਰ ਨਾਲ ਜੁੜੀ ਹੋਈ ਹੈ। ਜਿਹੜੀ ਹੈਗੀ ਸਿਨੇਮਨ ਜਿਹਨੂੰ ਤੁਸੀਂ ਦਾਲ ਚੀਨੀ ਕਹਿੰਦੇ ਹੋ, ਉਹ ਬਲੱਡ ਸ਼ੂਗਰ ਨੂੰ ਲੋ ਕਰਦੀ ਹੈ ਤੇ ਡਾਇਬਿਟੀਜ਼ ਦੇ ਰਿਸਕ ਤੋਂ ਬਚਾ ਲੈਂਦੀ ਹੈ। ਨਟ ਮੈਗ ਦੇ ਤਾਂ ਮੈਂ ਤੁਹਾਨੂੰ ਫਾਇਦੇ ਦੱਸ ਚੁੱਕਿਆ, ਹੈ ਨਾ, ਜੈਫਲ ਦੇ ਫਾਇਦੇ। ਹੁਣ ਜਿਹੜੀ ਹੈਗੀ ਹੋਰ ਕੀ ਰਹਿ ਗਿਆ, ਬਲੈਕ ਪੈਪਰ ਜਿਹਨੂੰ ਤੁਹਾਨੂੰ ਪਾਈਪਰਿਨ ਕਹਿੰਦੇ ਆ, ਉਹਦੇ ਫਾਇਦੇ ਵੀਡੀਓ ਦੇ ਸ਼ੁਰੂ ਚ ਦੱਸਿਆ ਮੈਨੇ। ਜਿਹੜਾ ਹੈਗੀ ਟਰਮਰਿਕ ਲੱਕੜਡੋਂਗ ਜਿਹਨੂੰ ਕਹਿੰਦੇ ਲੱਕੜਡੋਂਗ, ਉਹਦੇ ਬੈਨੀਫਿਟ ਦੇ ਉੱਪਰ ਆਪਾਂ ਵੀਡੀਓ ਕਰ ਚੁੱਕੇ ਹਾਂ, ਉਹਦੇ ਬੈਨੀਫਿਟ ਆ ਸਾਰੇ ਲਿਖੇ ਹੋਏ ਨੇ। ਤੇ ਉਹ ਡਾਈਜੈਸ਼ਨ, ਅਥਰਾਈਟਸ, ਗਟ ਇਨਫਲੇਮੇਸ਼ਨ, ਇਹ ਸਭ ਦਾ ਰਾਜ ਹੈ। ਤੇ ਆਪਾਂ ਨੇ ਉਹ ਸਭ ਨੂੰ ਇਕੱਠਾ ਕਰਕੇ ਇੰਨਾ ਸੋਹਣਾ ਟੇਸਟ ਬਣਾ ਤਾ, ਬੰਦਾ ਕਹੇਗਾ ਕਿ ਉਹਨੂੰ ਮਿੱਠੇ ਦੀ ਲੋੜ ਕੀ ਹੈ। ਇਹ ਤੁਸੀਂ ਇਹਦੇ ਨਾਲ ਹੁਣ ਜਿਹੜੇ ਲੋਕਾਂ ਨੂੰ ਦੁੱਧ ਪੀਣ ਦੀ ਆਦਤ ਹੈ, ਜਿਹਨੇ ਹਟਣਾ ਹੀ ਨਹੀਂ, ਉਹ ਵੀ ਪੀ ਸਕਦਾ, ਉਹ ਦੁੱਧ ਚ ਪਾ ਸਕਦਾ, ਹੈ ਨਾ, ਤੇ ਉਹ ਤਾਂ ਵੈਸੇ ਗਲਤ ਕਰ ਰਿਹਾ। ਮੈਂ ਹਾਂ, ਕੁਛ ਤਾਂ ਚੰਗਾ ਜਾਊਗਾ ਮਾੜੇ ਦੇ ਨਾਲ। ਪਰ ਇੱਕ ਚੀਜ਼ ਹੋਰ ਹੈ ਨਾ, ਜੇ ਉਹ ਦੁੱਧ ਜਿਹੜਾ ਦੁੱਧ ਦੇ ਨੁਕਸਾਨ ਹੋ ਰਹੇ ਹੋਣਗੇ, ਫਿਰ ਉਹ ਵੀ ਤਾਂ ਜਿਹੜੇ 2000 ਗੁਣਾ ਵੱਧ ਜਾਣਗੇ। ਹਾਂ, ਉਹਦਾ ਧਿਆਨ ਰੱਖਣਾ। ਹੁਣ ਦੇਖੋ ਮੈਂ ਇਹਨੂੰ ਚਿੱਟਾ ਕਿਵੇਂ ਕਰਿਆ, ਔਰਗੈਨਿਕ ਦੁੱਧ ਦੀ ਕਰੀਮ ਹੈ, ਪਿਓਰ ਕਰੀਮ, ਨੋ ਲੈਕਟੋਸ, ਹੈ ਨਾ, ਉਹ ਵੀ A1 A2, ਸਭ ਤੋਂ ਮਹਿੰਗੀ ਕਰੀਮ ਉਹਦੀ। ਮਗਰ ਮੈਨੂੰ ਪਤਾ ਮੈਂ ਉਹ ਚੀਜ਼ ਪੀਊਂਗਾ ਜਿਹੜੀ ਚੀਜ਼ ਮੈਨੂੰ ਨੁਕਸਾਨ ਨਾ ਕਰੇ, ਕਿਸੇ ਵੀ ਤਰੀਕੇ ਨਾਲ ਮੈਨੂੰ ਪੰਗਾ ਨਾ ਪਾਵੇ। ਤੇ ਅਫਕੋਰਸ ਅਗਰ ਤੁਸੀਂ ਦੁੱਧ ਪੀ ਰਹੇ ਹੋ ਤੇ ਮੈਂ ਪੈਪਰਿਨ ਨੂੰ ਕੋਸ਼ਿਸ਼ ਕਰੂੰਗਾ ਨਾ ਲਵਾਂ। ਅਗਰ ਤੁਸੀਂ ਸਿੰਪਲ ਬਦਾਮਾਂ ਦਾ, ਤੁਹਾਨੂੰ ਔਰਗੈਨਿਕ ਬਦਾਮ ਦਾ ਦੁੱਧ ਬਣਾ ਲਿਆ, ਆਏ ਹਾਏ ਹਾਏ, ਉਹਦਾ ਪ੍ਰੋਟੀਨ, ਉਹਦਾ ਵਿਟਾਮਿਨ ਏ, ਉਹਦਾ ਵਿਟਾਮਿਨ ਈ, ਸਭ ਕੁਛ ਚੱਕ ਦੇਣਾ ਨੇ ਉਹ ਦੁੱਧ ਦਾ। ਜੇ ਬੱਚਿਆਂ ਨੂੰ ਆਦਤ ਪਾ ਲਓ ਨਾ ਜੀ ਕਿਸ ਤਰੀਕੇ ਨਾਲ ਤੁਸੀਂ ਇਹਦੀ, ਆਹਾ ਹਾ, ਰਹੇ ਰੱਬ ਦਾ ਨਾਮ, ਇੰਨਾ ਸੋਹਣਾ ਟੇਸਟ ਹੈ ਨਾ। ਤੁਸੀਂ ਤੁਸੀਂ ਆਪ ਕਹੋਗੇ ਸਪਾਈਸ, ਇਹ ਸਪਾਈਸਿਸ ਦਾ ਨਾ ਇੱਕ ਪਾਵਰ ਪੰਚ ਹੈ ਕਿ ਇੰਨਾ ਸੋਹਣਾ ਸਪਾਈਸਿਸ, ਫਲੇਵਰਸ ਤੇ ਸਪਾਈਸਿਸ ਦੋਨੋਂ ਪਾਸੇ। ਮੈਂ ਕਹਿੰਦਾ ਮਿਠਾਸ ਆ ਗਈ ਸਟੀਵੀ ਨਾਲ, ਆਪਣੇ ਨਾਲ ਵਿੱਚ ਸਾਰੇ ਬੈਨੀਫਿਟ ਆ ਗਏ। ਹੋਰ ਕੀ ਚਾਹੀਦਾ, ਨਾਲੇ ਤੁਹਾਡੀ ਚਾਹ ਦੀ ਤਲਬ ਮਰ ਗਈ ਤਾਂ ਉਹੀ ਹਿੰਗ ਲੱਗੇ ਨਾ ਫਟਕੜੀ ਰੰਗ ਚੁੱਕਾ ਹੋਏ। ਤੇ ਹੁਣ ਫਿਰ ਆ ਜੀ ਆਪਾਂ ਉਹਨਾਂ ਗੱਲਾਂ ਦੇ ਉੱਤੇ ਜਿਹੜੀ ਮੈਂ ਹਰ ਵਾਰੀ ਕਹਿੰਦਾ ਹੁੰਦਾ, ਕਿਹਨੂੰ ਲੈਣਾ ਚਾਹੀਦਾ ਤੇ ਕਿਹਨੂੰ ਨਹੀਂ ਲੈਣਾ ਚਾਹੀਦਾ। ਜਿਹੜਾ ਬੰਦਾ ਕੋਈ ਬਹੁਤ ਤਿੱਖੀ ਦਵਾਈ ਖਾ ਰਿਹਾ, ਐਲੋਪੈਥਿਕ ਕਿਡਨੀ ਦੀ ਦਵਾਈ ਖਾ ਰਿਹਾ, ਜਾਂ ਕੋਈ ਜਿਵੇਂ ਕਹਿੰਦੇ ਆਪਾਂ ਬਲੱਡ ਸ਼ੂਗਰ ਦੀ ਦਵਾਈ ਖਾ ਰਿਹਾ, ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਿਹਾ, ਇਹਨੂੰ ਉਹਦੇ ਨਾਲ ਨਹੀਂ ਲੈਣਾ ਕਦੇ ਵੀ। ਇੱਥੇ ਤੁਸੀਂ ਬੀਪੀ ਦਵਾਈ ਖਾਂਦੇ ਹੋ, ਮੈਂ 1.5 ਘੰਟੇ ਦਾ ਟਾਈਮ ਪਾ ਕੇ ਲਊਗਾ, ਇਹ ਹੈਲਪ ਕਰੂਗਾ ਬੀਪੀ ਤੁਹਾਡੀ ਗਰੰਟੀ ਨਾਲ, ਮਗਰ ਦਵਾਈ ਦੇ ਨਾਲ ਨਹੀਂ ਲੈਣਾ ਇਹਨੂੰ, ਹੈ ਨਾ। ਜੇ ਤੁਸੀਂ ਕੋਈ ਸਵੀਅਰ ਕੰਡੀਸ਼ਨ ਚ ਹੋ, ਤੁਹਾਡਾ ਕਿਡਨੀ ਦਾ ਡਾਇਲਸਿਸ ਚੱਲਦਾ, ਮੈਂ ਨੀ ਤੁਹਾਨੂੰ ਰਿਕਮੈਂਡ ਕਰੂੰਗਾ, ਮੈਨੂੰ ਨੀ ਪਤਾ ਤੁਹਾਨੂੰ ਡਾਕਟਰ ਕੀ ਦੇ ਰਿਹਾ ਹੈ ਨਾ। ਜੇ ਤੁਹਾਡੀ ਤੁਹਾਨੂੰ ਡਾਕਟਰ ਨੇ ਬਲੱਡ ਥਿਨਰ ਤੇ ਪਾਇਆ ਹੈ ਕਿਉਂਕਿ ਤੁਹਾਡੇ ਸਟੰਟ ਪੈ ਗਿਆ, ਮੈਂ ਬਹੁਤ ਥੋੜੇ ਤੋਂ ਸ਼ੁਰੂ ਕਰੂੰਗਾ, ਮੈਂ ਪੰਗਾ ਨੀ ਲਊਂਗਾ ਹਾਈ, ਕਿਉਂਕਿ ਮੈਂ ਤਾਂ 3-3 ਗਲਾਸ ਆਰਾਮ ਨਾਲ ਪੀ ਰਿਹਾ, ਦਿਨ ਤੋਂ ਜ਼ਿਆਦਾ ਪੀ ਜਾਣਾ, ਕਿ ਨੁਕਸਾਨ ਕੋਈ ਨੀ ਹੈ, ਖੁਸ਼ੀ ਖੁਸ਼ੀ ਚ ਪੀ ਜਾਣਾ ਮੈਂ ਤਾਂ, ਹੈ ਨਾ। ਜੇ ਤੁਹਾਡੀ ਕੋਈ ਬਾੜੀ ਖਤਰਨਾਕ ਜੀ ਕੰਡੀਸ਼ਨ ਹੈ ਤੁਹਾਡੀ, ਹੈ ਨਾ, ਖੁਸ਼ੀ ਦੀ ਬਹੁਤ ਰੇਅਰਲੀ ਹੁੰਦੀ ਹੈ ਕੰਡੀਸ਼ਨਾਂ, ਜਿਵੇਂ ਹੁਣ ਤੁਹਾਨੂੰ ਸਿਰੋਸਿਸ ਹੈ, ਸਿਰੋਸਿਸ ਹੈ, ਸਕਿਨ ਕੰਡੀਸ਼ਨ ਹੈ, ਕੋਈ ਚੱਕਰ ਨਹੀਂ ਹੈ, ਅੱਖਾਂ ਦੀ ਪ੍ਰੋਬਲਮ ਹੈ, ਬੱਲੇ ਬੱਲੇ, ਡਾਇਬਿਟੀਜ਼ 'ਚ ਬਹੁਤ ਹੈਲਪ ਕਰਦਾ, ਮਗਰ ਮੈਨੂੰ ਦਵਾਈ ਦੇ ਨਾਲ ਨਹੀਂ ਲਊਂਗਾ, ਮੈਂ ਇਹਨੂੰ ਇਨਆਰਗੈਨਿਕ ਉਹਦੇ ਨਾਲ ਹੀ ਲਊਂਗਾ। ਜਿਵੇਂ ਕਹਿੰਦੇ ਆਪਾਂ ਕੋਈ ਬਹੁਤ ਹਾਈ ਪੈਸਟੀਸਾਈਡ ਵਾਲੀ ਚੀਜ਼, ਹੁਣ ਤੁਸੀਂ ਲੈ ਲਓ, ਤੁਸੀਂ ਖਾ ਰਹੇ ਹੋ ਤਰਬੂਜ ਜਾਂ ਜਿਹੜਾ ਕੋਈ ਘੀਆ ਜਿਹਨੂੰ ਟੀਕਾ ਲੱਗਿਆ ਹੋਇਆ, ਮੈਂ ਉਹਦੇ ਨਾਲ ਨਹੀਂ ਹਜੇ ਪੰਗਾ ਲਊਂਗਾ ਬਿਲਕੁਲ ਵੀ। ਉਸ 'ਚ ਤਾਂ ਮੈਂ ਕਾਲੀ ਮਿਰਚ ਦੂਰ ਰੱਖੂੰਗਾ, ਕਿਉਂਕਿ ਉਹੀ ਕਾਲੀ ਮਿਰਚ ਨੇ ਜਿਹੜੀ ਅੰਮ੍ਰਿਤ ਸੀ, ਇਹ ਜ਼ਹਿਰ ਨੂੰ 2000 ਗੁਣਾ ਚੱਕਦੇ ਨੇ। ਹੁਣ ਆਪਾਂ ਨੇ ਲੈਣੀਆਂ ਵਿਟਾਮਿਨਾਂ ਨਾਲ, ਮੈਂ ਇਹਨੂੰ ਕਦ ਲਊਂਗਾ, ਜਦੋਂ ਤੁਸੀਂ ਮਿਲਕ ਥਿਸਲ ਖਾ ਰਹੇ ਹੋ, ਜਦੋਂ ਤੁਸੀਂ ਆਪਣਾ ਆਹ ਅਸ਼ਵਗੰਧਾ ਲੈ ਰਹੇ ਹੋ, ਜਦੋਂ ਤੁਸੀਂ ਵਿਟਾਮਿਨ ਸੀ ਖਾ ਰਹੇ ਹੋ, ਹੈ ਨਾ, ਜਦੋਂ ਤੁਸੀਂ ਆਹ ਰੋਜ਼ ਰਸਬੈਰੀ ਲੀਫ ਦੀ ਚਾਹ ਪੀ ਰਹੇ ਹੋ, ਪੈਪਰਮਿੰਟ ਲੈ ਰਹੇ ਹੋ, ਉਸ ਟਾਈਮ ਇਹਨਾਂ ਦੀ ਪ੍ਰੋਪਰਟੀ ਨੂੰ 2000 ਗੁਣਾ ਕਰੇ। ਕੋਈ ਮਾੜੀ ਚੀਜ਼ ਨੂੰ ਗੁਣਾ ਨਹੀਂ ਕਰਨਾ ਮੈਨੇ, ਮੇਰਾ ਗੋਲ ਤਾਂ ਇਹ ਹੈ। ਹਾਂਜੀ, ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਜਲਦੀ ਜਲਦੀ 'ਚ ਕਾਬੂ ਨਹੀਂ ਆਉਂਦੀ, ਤੇ ਇਹ ਸੁਣਿਆ ਹੋਇਆ ਕਿ ਹਲਦੀ ਜਿਹੜੀ ਆ ਉਹ ਐਂਟੀ ਕੈਂਸਰ ਬਹੁਤ ਜ਼ਬਰਦਸਤ ਪ੍ਰੋਪਰਟੀ ਹੈ, ਨਾਲ ਨਟਮੈਗ, ਨਟਮੈਗ, ਜੈਫਲ ਤੇ ਹਲਦੀ, ਮੈਂ ਉਹ ਵੀ ਕਹਿਣ ਲੱਗਾ, ਦੋਨੋਂ ਪਏ ਨੇ। ਹਾਂ, ਤੇ ਇਮੇਜਿਨ ਕਰੋ ਉਹ ਦੋਨਾਂ ਨੂੰ 2000 ਗੁਣਾ ਪਲੱਸ ਵੀ ਕਰਤਾ, ਮਲਟੀਪਲਾਈ। ਅੱਛਾ, ਇਹ ਜਿਹੜੀ ਤੁਸੀਂ ਚੀਜ਼ਾਂ ਜਿੰਨੀਆਂ ਵੀ ਦੱਸੀਆਂ ਨੇ, ਮੈਨੂੰ ਇਹ ਲੱਗ ਰਿਹਾ ਕਿ ਵਾਇਰਲ ਇਨਫੈਕਸ਼ਨ ਬਹੁਤ ਜਿਹੜੀਆਂ ਇਹ ਕਾਰਗਰ ਹੈ। ਹਾਂਜੀ, ਕਿਉਂਕਿ ਆਟੋਮੈਟਿਕ ਦੀ ਹਲਦੀ ਤਾਂ ਸਭ ਤੋਂ ਪਹਿਲਾਂ ਇਨਫੈਕਸ਼ਨ ਨੂੰ ਤੇ ਇਨਫਲੇਮੇਸ਼ਨ ਨੂੰ ਹਲਦੀ ਬਹੁਤ ਸੋਹਣਾ ਸੈੱਟ ਕਰਦੀ ਹੈ। ਨਟਮੈਗ ਤੁਹਾਨੂੰ ਦੱਸ ਰਿਹਾ ਉਹ ਬਾਡੀ ਕਲੀਨ ਕਰਨ ਚ, ਓਰਲ ਹੈਲਥ ਚ,
ਤੇ ਇਮਿਊਨ ਸਿਸਟਮ ਨੂੰ ਨਟਮੈਗ ਬਹੁਤ ਹੈਲਪ ਕਰਦਾ ਜੈਫਲ। ਹੋਰ ਕੀ ਚਾਹੀਦਾ ਆਪਾਂ ਨੂੰ? ਇਹ ਤਾਂ ਇਹ ਸਾਰਾ ਕੰਬੀਨੇਸ਼ਨ ਇੰਨਾ ਸੋਹਣਾ ਜੀ ਕਿ ਬੰਦਾ ਸਵਾਦ ਦਾ ਸਵਾਦ, ਮਿਠਾਸ ਦੀ ਮਿਠਾਸ, ਨਾਲੇ ਬੈਨੀਫਿਟ, ਕੋਈ ਨੁਕਸਾਨ ਨਹੀਂ ਹੈ। ਇਹ ਕੁਛ ਦੇ ਕੇ ਜਾ ਰਿਹਾ, ਲੈ ਕੇ ਨਹੀਂ ਜਾ ਰਿਹਾ। ਅੱਛਾ, ਹੁਣ ਜਿਹੜੇ ਲੋਕਾਂ ਨੂੰ ਤੁਸੀਂ ਫਾਸਟਿੰਗ ਦੱਸਦੇ ਹੋ, ਫਾਸਟਿੰਗ ਦੇ ਵੇਲੇ ਜਿਹੜਾ ਇਹ ਬਹੁਤ ਜ਼ਬਰਦਸਤ ਕੰਮ ਕਰੇਗੀ। ਹਾਂ, ਮਗਰ ਉਸ ਵਕਤ ਫਿਰ ਦੁੱਧ ਨਹੀਂ ਪਾਉਣਾ ਵਾਲਾ ਜਿਹੜਾ। ਹਾਂ, ਮੈਂ ਉਹੀ ਕਹਿ ਰਿਹਾ, ਦੁੱਧ ਨਹੀਂ ਪਾਉਣਾ। ਨਹੀਂ, ਉਹ ਨਹੀਂ, ਉਹ ਦੁੱਧ ਨਹੀਂ ਪਾਉਣਾ। ਸਟੀਵੀਆ ਪਾ ਸਕਦੇ ਹਾਂ, ਟਰਮਰਿਕ ਲਾਟੇ ਪਾ ਸਕਦੇ ਹਾਂ, ਮਗਰ ਦੁੱਧ ਨਹੀਂ ਪਾਉਣਾ ਉਸ ਟਾਈਮ, ਕਿਉਂਕਿ ਦੁੱਧ ਤੁਹਾਡੀ ਈਵਨ ਆਹ ਵਾਲਾ ਦੁੱਧ ਵੀ ਫਾਸਟਿੰਗ ਤੋੜ ਦੇਗਾ, ਕਿਉਂਕਿ ਇਸ ਦੁੱਧ 'ਚ ਪ੍ਰੋਟੀਨ ਹੈ ਤੇ ਥੋੜ੍ਹਾ ਜਿਹਾ ਉਸ ਥੋੜ੍ਹਾ ਜਿਹਾ ਬਹੁਤ ਥੋੜ੍ਹਾ ਕਾਰਬੋਹਾਈਡਰੇਟ ਹੈ, ਉਹ ਤੁਹਾਡੀ ਫਾਸਟਿੰਗ ਤੋੜ ਦੇਗਾ ਫਿਰ ਨਹੀਂ, ਤੇ ਉਸ ਟਾਈਮ ਮੈਨੂੰ ਭੁੱਲ ਕੇ ਪੀਊਂਗਾ, ਫਿਰ ਮੈਨੂੰ ਭੁੱਲੂਗਾ। ਤੇ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਨੇ? ਕੋਈ ਦਿੱਕਤ ਨਹੀਂ ਹੈ ਜੀ, ਇਹ ਤਾਂ ਸਾਰੇ ਸਮਾਨ ਨੂੰ ਤੁਹਾਨੂੰ ਵਧਾ ਰਿਹਾ ਹੈ, ਬੜੀ ਗੱਲ ਹੈ। ਜੇ ਤੁਹਾਨੂੰ ਕੋਈ ਮਾੜੀ ਕੰਡੀਸ਼ਨ ਹੈ, ਡਾਕਟਰ ਨੇ ਤੁਹਾਨੂੰ ਬਹੁਤ ਸਟ੍ਰਿਕਟਲੀ ਕਿਸ ਚੀਜ਼ ਤੇ ਪਾਇਆ, ਫਿਰ ਮੈਂ ਡਾਕਟਰ ਦੀ ਸਲਾਹ ਲੈ ਲੂੰਗਾ ਭਾਈ ਕਿ ਆਹ ਇੰਗਰੀਡੀਐਂਟਸ ਵਾਲੀ ਚੀਜ਼ ਮੈਂ ਖਾ ਸਕਦਾ, ਲੌਂਗ, ਸੁੰਡ, ਇਲਾਚੀ, ਸਿਨੇਮਨ, ਨਟਮੈਗ, ਜੈਫਲ, ਕਾਲੀ ਮਿਰਚ, ਹਲਦੀ। ਅਗਰ ਉਹਨਾਂ ਚੋਂ ਇੱਕ ਨੇ ਵੀ ਕਹਿਤਾ ਨਾ 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 ਤੁਸੀਂ ਜਿੰਜਰ ਨਹੀਂ ਖਾਣਾ ਡਰਾਈ, ਮੈਂ ਕਹੂੰਗਾ ਨਾ ਲਓ, ਕੋਈ ਚੱਕਰ ਨਹੀਂ, ਮਗਰ ਮੇਰੇ ਹਿਸਾਬ ਨਾਲ ਇਹੋ ਜਿਹਾ ਕੋਈ ਨੋਨ ਸਾਈਡ ਇਫੈਕਟ ਨਹੀਂ ਹੈ। ਕਿਉਂਕਿ ਜਿਹੜੇ ਲੇਡੀਜ਼ ਜਿਹੜੀਆਂ ਹੋਣਗੀਆਂ ਉਹ ਤਾਜ਼ੀਆਂ ਤਾਜ਼ੀਆਂ ਪ੍ਰੈਗਨੈਂਟ ਹੋਈਆਂ ਹੋਣਗੀਆਂ, ਮਹੀਨਾ ਦੋ ਮਹੀਨੇ ਹੋਏ ਹੋਣਗੇ, ਉਹਨਾਂ ਨੂੰ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਅਜਿਹੀ ਚੀਜ਼ ਨਾ ਖਾਓ, ਗਰਮ ਚੀਜ਼ ਨਾ ਖਾਓ ਜਿਹਦੇ ਨਾਲ ਮਿਸਕੈਰੇਜ ਹੋ ਜੇ। ਤੇ ਅਜਿਹੇ ਸਮੇਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹਨਾਂ ਦੀ ਤਾਸੀਰ ਜਿਹੜੀ ਆ ਉਹ ਗਰਮ ਹੈ। ਤੇ ਮੈਂ ਉਹਦੇ ਕਰਕੇ ਜਿਹੜਾ ਤੁਹਾਨੂੰ ਇਹ ਸਵਾਲ ਕੀਤਾ ਕਿ ਉਹ ਨਹੀਂ ਲੈਣ, ਅਵੋਇਡ ਕਰਨ, ਅਵੋਇਡ ਕਰਨ ਜਾਂ ਫਿਰ ਆਪਣੇ ਡਾਕਟਰ ਦੀ ਸਲਾਹ ਨਾ ਲੈਣ। ਉਸ ਵਕਤ ਡਾਕਟਰ ਨੂੰ ਪੁੱਛਣ ਕਿ ਆਹ ਚੀਜ਼ਾਂ ਨਹੀਂ, ਪੰਜ ਛੇ ਇਹ ਲੈ ਸਕਦਾ ਮੈਂ, ਮੇਰੇ ਹਿਸਾਬ ਨਾਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ। ਮੈਂ ਤੁਹਾਨੂੰ, ਮੇਰੀ ਓਪੀਨੀਅਨ ਪਤਾ, ਮੈਂ ਗਰਮ ਸਰਦ 'ਚ ਬਿਲੀਵ ਨਹੀਂ ਕਰਦਾ, ਮੈਂ ਹੋਰ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਦੇਖਦਾ। ਮਗਰ ਜਿਹੜੀ ਕਹਿੰਦੇ ਜਿਹੜੀ ਚੀਜ਼ ਬੰਦਾ ਧਾਰਨਾ ਹੁੰਦੀ ਹੈ ਨਾ, ਉਹ ਸੱਚੀ ਹੁੰਦੀ ਹੈ, ਜਿਹੜੀ ਤੁਹਾਨੂੰ ਧਾਰ ਲਈ ਤਾਂ ਸੱਚ ਹੈ, ਤਾਂ ਅਗਰ ਤੁਹਾਡੀ ਧਾਰਨਾ ਹੈਗੀ ਹੈ ਤਾਂ ਮੈਂ ਹਜੇ ਪੰਗਾ ਨਹੀਂ ਲਊਂਗਾ। ਬੱਚੇ, ਬਜ਼ੁਰਗ, ਜਵਾਨ, ਹਾਂਜੀ, ਤਿੰਨਾਂ ਦੀ ਜਿਹੜੀ ਇਹ ਡੋਜ਼ ਆ ਉਹ ਕਿੱਦਾਂ ਲੈਣੀ ਹੈ, ਕਿਵੇਂ, ਜੇ ਕੱਪ ਪੀਣ ਤੇ ਆ ਜੇ ਤੇ ਕਿੰਨੇ ਲੈਣੇ? ਹੁਣ ਬਜ਼ੁਰਗ ਤੇ ਜਵਾਨ ਤਾਂ ਤਿੰਨ ਤੋਂ ਚਾਰ ਵਾਰੀ ਲੈ ਲੈਂਦੇ ਤਾਂ ਵੀ ਵਧੀਆ, ਬਹੁਤ ਅੱਛਾ ਗੱਲ। ਬੱਚੇ ਨੂੰ ਜੇ ਇੱਕ ਜਾਂ ਦੋ ਵਾਰੀ ਪਿਲਾ ਦੋਗੇ ਤਾਂ ਬੱਲੇ ਬੱਲੇ ਆ, ਕਿਉਂਕਿ ਬੱਚਿਆਂ ਨੂੰ ਨਾ ਸਪਾਈਸਿਸ ਦਾ ਟੇਸਟ ਥੋੜਾ ਜਿਹਾ ਔਡ ਲੱਗਦਾ ਹੁੰਦਾ, ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਛੁਪਾ ਕੇ ਕਿਸੇ ਚੀਜ਼ 'ਚ ਪਾ ਕੇ ਹੈ ਨਾ ਉਹ ਦਿੱਤੀ ਜਾ ਸਕਦੀ ਹੈ। ਹੁਣ ਮੈਂ ਕੀ ਕਰੂੰਗਾ, ਮੈਂ ਬੱਚੇ ਨੂੰ ਬੇਸਣ 'ਚ ਭੁੰਨ ਕੇ ਨਾ ਇਹਨੂੰ ਵਿੱਚ ਸਟੀਵੀਆ ਪਾ ਕੇ ਮਿਠਾਈ ਬਣਾ ਦੂੰਗਾ। ਬੇਸਣ ਬੱਚੇ ਨੂੰ ਹੁਣ ਕੁਛ ਤਾਂ ਖਵਾਉਣਾ ਮੈਨੇ ਮਿੱਠਾ, ਮੈਂ ਬੇਸਣ ਭੁੰਨੂਗਾ, ਉਹਦੇ 'ਚ ਸਟੀਵੀ ਵਾਲਾ ਪਾਣੀ ਪਾ ਦੂੰਗਾ ਜਿਹੜਾ ਸੀ ਅਸੀਂ ਲਾਂਚ ਕਰਿਆ, ਉਹ ਪਾਣੀ ਪਾ ਕੇ ਇਹਦੇ ਵਿੱਚ ਇਹ ਪਾ ਕੇ ਉਹਨੂੰ ਭੁੰਨ ਕੇ ਉਹਦੀ ਮਿਠਾਈ ਦੀ ਟੁਕੜੀ ਬਣਾ ਦੂੰਗਾ, ਉਹਦੇ ਲਈ ਬਰਫੀ, ਮਿੱਠੀ ਬਰਫੀ, ਦੋਨੋਂ ਪਾਸੇ ਕੰਮ ਹੋ ਗਿਆ। ਤੁਸੀਂ ਵੀ ਖਾ ਸਕਦੇ ਹੋ, ਮਗਰ ਬੇਸਣ ਮੈਂ ਮੇਰੇ ਡਾਇਟ 'ਚ ਜ਼ਿਆਦਾ ਰੈਕਮੈਂਡ ਨਹੀਂ ਕਰਦਾ, ਪਹਿਲੇ ਕੁਛ ਦਿਨ ਮੈਂ ਕਈ ਲੋਕਾਂ ਨੂੰ ਖਵਾ ਦਿੰਦਾ, ਮਗਰ ਇਮੈਜਿਨ ਕਰੋ ਤੁਸੀਂ ਬਿਲਕੁਲ ਫਿੱਟ ਹੋ ਗਏ, ਤੁਸੀਂ ਕਹਿੰਦੇ ਅਰਵਿੰਦਰ ਯਾਰ ਮਾੜਾ ਮੋਟਾ ਮਿੱਠਾ ਖਾਣ ਦਾ ਦਿਲ ਕਰਦਾ, ਤਾਂ ਉਹਦਾ ਇੰਤਜ਼ਾਮ ਕਿ ਤੁਸੀਂ ਕਦੇ ਕਦੇ ਸਾਲ 'ਚ ਮਹੀਨੇ 'ਚ ਜਾ ਕਹਿ ਲਓ ਤੁਸੀਂ 10-12 ਵਾਰੀ ਕਰੋ ਬੇਸਣ ਦੀ ਬਰਫੀ ਖਾ ਵੀ ਲਈ ਸਾਲ 'ਚ, ਤਾਂ ਕੋਈ ਫਰਕ ਨਹੀਂ ਪੈਂਦਾ ਉਹ ਵਾਲੀ ਬਰਫੀ ਬਣਾ ਕੇ। ਤੇ ਹੁਣ ਆਈਏ ਕਿ ਜਿਹੜਾ ਇਹਦਾ ਅਕਸਰ ਜਿਹੜੇ ਨੇ ਤੁਹਾਡੇ ਵਰਗੇ ਲਾਈਕ ਮਾਈਂਡਿਡ ਜਿੰਨੇ ਵੀ ਨੈਚੁਰੋਪੈਥ ਨੇ ਜਾਂ ਡਾਇਟਰੀ ਸਾਇੰਸ ਨੂੰ ਬਿਲੀਵ ਕਰਦੇ ਨੇ, ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਜਿਹੜੇ ਕਾੜੇ ਨੇ, ਕੋਈ ਵੀ ਕਾੜਾ ਹੈਗਾ ਉਸਨੂੰ ਆਪਾਂ ਲਗਾਤਾਰ ਜਿਹੜੇ ਉਹ ਨਹੀਂ ਲੈਣੇ, ਕਿਉਂਕਿ ਜਿੰਨੇ ਕੁ ਆਪਾਂ 10-15 ਦਿਨ ਲੈ ਲਿਆ ਉਹਦੇ ਖੁਰਾਕੀ ਤੱਤ ਬੋਡੀ ਦੇ ਅੰਦਰ ਆ ਗਏ ਤਾਂ ਉਸਨੂੰ ਫਿਰ ਬਦਲ ਲੈਣਾ ਚਾਹੀਦਾ, ਤਾਂ ਕਿ ਉਹ ਦੂਜੇ ਦਾ ਵੀ ਆਪਾਂ ਲਈਏ ਉਸ ਚੀਜ਼ ਦਾ। ਇਹਨੂੰ ਵੀ ਆਪਾਂ ਇਸੇ ਤਰ੍ਹਾਂ ਕਰਨਾ ਹੈ? ਮੈਨੂੰ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਇਸ ਬਾਰੇ, ਇਹਦਾ ਕੋਈ, ਕਿਉਂਕਿ ਇਹ ਸਾਰੇ ਇੱਕ ਤਰ੍ਹਾਂ ਦਾ ਕਾੜਾ ਹੈ ਵੀ ਤੇ ਨਹੀਂ ਵੀ, ਇਹ ਸਪਾਈਸਿਸ ਨੇ, ਹੈ ਨਾ, ਇਹਦੇ ਸਪਾਈਸਿਸ ਨੇ। ਮੈਂ ਇਹ ਡੇਲੀ ਲੈ ਰਿਹਾ ਜੀ 3-4 ਵਾਰੀ, ਮੈਨੂੰ ਕੋਈ ਐ ਨਹੀਂ ਲੱਗਿਆ, ਇਹ ਤਾਂ ਬਾਇਓ ਅਵੇਲੇਬਿਲਿਟੀ, ਤੱਤਾਂ ਦੀ ਅਵੇਲੇਬਿਲਿਟੀ ਵਧਾ ਰਿਹਾ। ਮਗਰ ਆਪਣੇ ਕੋਲ ਚੀਜ਼ਾਂ ਹੀ ਬਹੁਤ ਨੇ, ਲੈਸੇ ਤੁਸੀਂ 15-20 ਦਿਨ ਲੈਣ ਤੋਂ ਬਾਅਦ ਥੋੜੇ ਦਿਨ ਤੁਸੀਂ ਜਿਹੜੀ ਸਿਰਫ ਹਲਦੀ ਵਾਲੀ ਤੁਹਾਨੂੰ ਚਾਹ ਬਣਾਉਣੀ ਸਿਖਾਈ ਸੀ ਉਹ ਲੈ ਲਈ, ਹੈ ਨਾ, ਇਹ ਦੋਨੋਂ ਤੁਸੀਂ ਜਦ ਮਰਜ਼ੀ ਲੈ ਸਕਦੇ ਹੋ, ਇਹ ਤਾਂ ਕੋਈ ਨਾ ਨਹੀਂ ਹੈਗੀ, ਇਹ ਦੋਨੋਂ ਲੈ ਲਈਆਂ, ਤਾਂ ਆਪਣੇ ਕੋਲ ਤਾਂ ਚੀਜ਼ਾਂ ਬਹੁਤ ਨੇ, ਤੁਸੀਂ ਇਹਨੂੰ ਮਿਕਸ ਕਰ ਸਕਦੇ ਹੋ, ਮੈਚ ਕਰ ਸਕਦੇ ਹੋ। ਅਗਰ ਤੁਸੀਂ ਇੱਕ ਦਿਨ ਛੱਡ ਕੇ ਲੈਣਾ ਚਾਹੁੰਦੇ ਹੋ, ਇੱਕ ਦਿਨ ਛੱਡ ਕੇ ਲੈ ਲਓ, ਤਰੀਕੇ ਬਹੁਤ ਨੇ। ਅੱਛਾ, ਹਾਂ ਜੀ, ਮੈਂ ਦੱਸਦਾ ਸੱਚ, ਡਿਸਕਲੇਮਰ ਮੇਰਾ ਹੈ ਨਾ ਕਿ ਮੈਂ ਇੰਡੀਆ 'ਚ ਨਹੀਂ ਜੀ, ਮੈਂ ਸਾਊਥ ਅਫਰੀਕਾ 'ਚ ਹੈ। ਤੁਸੀਂ ਅਗਰ ਮੈਨੂੰ ਰੀਚ ਕਰਨਾ, ਜੇ ਤੁਸੀਂ ਕੋਚ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਤੁਸੀਂ ਕੋਚ ਬਣਨਾ ਚਾਹੁੰਦੇ ਹੋ, ਨੌਲੇਜ ਗੇਨ ਕਰਨਾ ਚਾਹੁੰਦੇ ਹੋ, ਲੋਕਾਂ ਨੂੰ ਮਦਦ ਕਰਨਾ ਚਾਹੁੰਦੇ ਹੋ, ਜਿਸ ਦੇ ਉੱਪਰ ਮੇਰੀ ਅੱਜ ਕੱਲ੍ਹ ਮੇਨ ਜ਼ੋਰ ਲੱਗਿਆ ਹੋਇਆ, ਤਾਂ ਤੁਸੀਂ ਮੈਨੂੰ ਮੇਰੇ ਨੰਬਰ 'ਤੇ ਕੋਚ ਲਿਖ ਕੇ ਭੇਜ ਦੇਣਾ ਵਟਸਐਪ 'ਤੇ, ਕੋਚ ਤੁਹਾਡਾ ਨਾਮ, ਤੁਹਾਡਾ ਸ਼ਹਿਰ ਜਿੱਥੇ ਤੁਸੀਂ ਅੱਜ ਕੱਲ੍ਹ ਰਹਿ ਰਹੇ ਹੋ, ਸਾਨੂੰ ਟਾਈਮ ਜ਼ੋਨ ਜ਼ਰੂਰ ਪਤਾ ਹੋਣਾ ਚਾਹੀਦਾ। ਮੇਰਾ ਨੰਬਰ ਹੈ 9888 475000।
8,84,000 जे तुसी ए प्रोडक्ट्स दे विच इंटरेस्टेड हो तुसी लेना चाहते हो ये मैं अवेलेबल करा रहे हैं मैं आप नहीं बेच रहा मैंने जगह लभी हुई है जिथों समान थोनू मिल जाएगा तो ये थोड़े को नंबर है अंशुल जी का अंशुल जी का नंबर है 85,95,75,40,90 8595754090 जरा सिमी जी का नंबर से पहला सिमी जी का नवा नंबर है जे थो सिमी जी तो कोई इनफॉरमेशन चाहिए कोचिंग बारे तुम आप तंदुरुस्त होना चाहते हो तो सिमी जी का नंबर है 8287014166 8287014166 तो तुम सिमी जी भी फोन कर सकते हो है ना वट्सएप मैसेज कर सकते हो बस याद रखियो संडे को सिमी जी छुट्टी पर होंगे सैटरडे संडे को अंशुल जी छुट्टी पर होंगे इस आने थोड़े लिए बंदे बिठाए हुए हैं ताकि ये टीम जे चीज़ा टीम मैं नहीं बना रहा मैंने तो समान लभे वधिया क्वालिटी का मेरा रिस्पोंसिबिलिटी मेरी है थोड़े तक ये चीज़ा पहुँचानी तो ये बेनीफिट दसने बेचना मेरी रिस्पोंसिबिलिटी नहीं है मगर असं फिर भी दो बंदे अपने पाए हैं ताकि लोगों कंपनी ना जोड़िया जा सके कंपनियों को टाइम नहीं होंगे वो साड़ी जिम्मेवारी है तो तुम ये नंबर पर फोन करके मैसेज करके जोड़े मर्जी शहर कंट्री रहने हो तुम ये समान ले सकते हो थोड़े को पहुँचता अवेलेबल कराएंगे उन्हों की जिम्मेवारी है कई बार ऑर्डर ज्यादा हो जाता है तो डिले हो जाती है लोग थोड़ा गुस्सा कर जाने कि सामान नहीं पहुंचा याद रखियो जी असं बहुत नवे हैं साड़ी रिसर्च टाइम लगता है सानू चीज़ा लभन च कोरियर के पैसे घटाने ताकि कोरियर ना लगे बंद ज्यादा साडा जोर लगता है तो कई बार चीज़ दो चार दिन पांच सात दिन उपर थले हो जाए वो टीम को माफ़ी देना प्लीज़ जे तुम कोच बनने च इंट्रस्टड हो मैं कुलवंत जी दसदा मेरा जोर लगे अजकल कोच ट्रेनिंग से एक तो जोर साडा हर्ब से है मैं कोच बनाना चाहना मैं लोगों को एक नवा बिजनेस देना चाहना जिस चो लोगों की मदद करके हेल्दी कर सके लोगों को आप एक जिवें कहने रूह की खुराक वाला पैसा कमा सकन जिस चो दोनों सप भी मरे लाठी भी ना टुटे उन्होंने ऐ लगे कि यार दिलों चंगा लगता है पैसा कमाना गलत गल नहीं है चंगे तरीके पैसा कमाना बहुत मजेदार चीज है तो साड़ी इच्छा है कि लोग चंगे तरीके पैसे कमा तो वह इंट्रस्टिड हो तो मैंने लिख के भेजना कोच मेरे नंबर से 9888475000 एक नवी चीज थोड़ा दसी जी असं लॉन्च दो चीजा नवी करी एक मैंने मस्ट नो सीरीज लॉन्च करी है मस्ट नो मतलब असेंशियल जो चीज हर एक बंद पता होनी चाहिए सेहत बारे जनरल है वो एक जरूर जानो जरूर जरूर जानो वो पेड सीरीज है वो ऑफकोर्स वो पेड सीरीज है वो मैंने स्पेशल अपना टाइम काट के पेड सीरीज बनाई है जीमेल पे जाती है बहुत सस्ती है बहुत ही सस्ती है उसके भी बाई वीडियोज ने लोगों सिर्फ एजुकेट करनी उन्होंने कि चीजा पता होनी चाहिए अपने बारे ताकि वो हेल्दी रहे तो एक नवी चीज जी लोगों को कई दिक्कत सी कि रविंद्र जी पैसे हैं जी थोड़े को पैसे ज्यादा मांग रहे हो उन्होंने की पता जी साड़ी की जोर जोर लगता है तो असं वन टाइम कंसल्टेशन चार्ज करनी शुरू करिए इमेजिन करो एक बंदा कहता रविंद्र जी खट्टे घर आने हैं थोड़ी वीडियो देखी सी मगर होर हैल्प चाहिए है तो वो साढ़े तो वन टाइम कंसल्टेशन बाय कर सकता है पेड कंसल्टेशन है तुम की करना है मेरे वाइफ का अमन जी के नंबर से 9878366269 या मेरे नंबर से 9888475000 तुम सिर्फ लिख देना कंसल्टेशन अपना नाम ते केड़ी सिटी ते केड़ी कंट्री चो टाइम जोन पता होना चाहिए असं तुहानू दस दांगे किन्ने दा ते थोड़े नाल 5 मिनट्स की कॉल अरेंज कर दांगे साडे कोच दी ताकि थोड़ा क्वेश्चन आंसर होवे थोनू सही सलाह मिले थोड़ा भी कम हो जाए पैसे भी बच जाण तां इह साडे इक नवीं मुहिम है असीं इह ते कम करना शुरू कर चुके हैं हां जी इत्थे तुसीं कम करना शुरू कर चुके हो ते तुसीं बाहर हो ते तुहानू कोई ਜਿਹੜਾ ਫੋਨ ਸਿੱਧਾ ਨਾ ਕਰੇ ਕਿਉਂਕਿ ਉਹ ਤੁਹਾਨੂੰ ਮਹਿੰਗਾ ਮਹਿੰਗਾ ਪੈਂਦਾ ਹੈ ਤੇ ਤੁਹਾਡਾ ਨੰਬਰ ਤੁਸੀਂ ਬੋਲ ਹੀ ਦਿੱਤਾ ਤੇ ਜੇ ਸਮਾਨ ਲੈਣਾ ਤਾਂ ਅੰਸ਼ੁਲ ਜੀ ਨੂੰ ਫੋਨ ਕਰਨ ਤੇ ਜੇ ਕੋਚ ਦੀ ਜਾਂ ਹੋਰ ਕਿਸੇ ਸੰਬੰਧ ਚ ਜਾਣਕਾਰੀ ਲੈਣੀ ਹੈ ਤਾਂ ਉਹ ਤੁਸੀਂ ਤੁਹਾਨੂੰ ਜਾਂ ਫਿਰ ਸਿਮੀ ਜੀ ਜਾਂ ਸਮ੍ਰਿਤੀ ਜੀ ਨੇ ਜਾਂ ਤੁਹਾਡੇ ਵਾਈਫ ਤੋਂ ਕੰਟੈਕਟ ਕਰ ਸਕਦੇ ਹਾਂ ਬਿਲਕੁਲ ਤੇ ਕੋਚਿੰਗ ਤੁਹਾਡਾ ਫੇਵਰੇਟ ਜਿਹੜਾ ਉਹ ਵਿਸ਼ਾ ਹੈਗਾ ਤੁਸੀਂ ਕੋਚ ਬਣਾ ਕੇ ਬਹੁਤ ਖੁਸ਼ ਹੋ ਹਾਂਜੀ ਹਾਂਜੀ ਤੇ ਅਸੀਂ ਡਿਸਟ੍ਰੀਬਿਊਟਰ ਬਣਾ ਕੇ ਖੁਸ਼ ਹਾਂ ਹੁਣ ਅਸੀਂ ਨਵੀਂ ਪ੍ਰੋਬਲਮ ਸੋਲਵ ਕਰ ਰਹੇ ਹਾਂ ਇੰਡੀਆ ਤੋਂ ਸਮਾਨ ਭੇਜਣਾ ਬਾਰ ਬਾਰ ਔਖਾ ਸੀ ਅਸੀਂ ਡਿਸਟ੍ਰੀਬਿਊਟਰ ਬਣਾ ਲਏ ਡਿਫਰੈਂਟ ਕੰਟਰੀਜ਼ 'ਚ ਸਾਡੇ ਕੋਲ ਅਮੈਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਪਟਿਆਲਾ ਲੁਧਿਆਣਾ ਇਹਦੇ ਡਿਸਟ੍ਰੀਬਿਊਟਰ ਹੈਗੇ ਨੇ ਅਸੀਂ ਡਿਸਟ੍ਰੀਬਿਊਟਰ ਲੱਭ ਰਹੇ ਹਾਂ ਸਭ ਤੋਂ ਯੂਕੇ ਇਟਲੀ ਵਾਲੇ ਪਾਸੇ ਸਾਡੇ ਕੋਲ ਬਹੁਤ ਕਲਾਇੰਟ ਹੈ ਬਹੁਤ ਮੈਸੇਜ ਆਉਂਦੇ ਨੇ ਅਤੇ ਡਿਫਰੈਂਟ ਪਾਰਟਸ ਆਫ ਇੰਡੀਆ ਡਿਸਟ੍ਰੀਬਿਊਟਰ ਨੂੰ ਕੁਛ ਪਰਸੈਂਟੇਜ ਔਫ ਮਿਲ ਜਾਂਦੀ ਹੈ ਤਾਂ ਕਿ ਉਹ ਦੋ ਪੈਸੇ ਕਮਾ ਲਏ ਸਾਡਾ ਹੈਡਿਕ ਦੂਰ ਹੁੰਦਾ ਹੈ ਨਾ ਹੁਣ ਲੈਸੇ ਤੁਸੀਂ ਮੈਨੂੰ ਗਣੀ ਜਲੰਧਰ ਵਾਲਾ ਇਲਾਕਾ ਅੰਮ੍ਰਿਤਸਰ ਇਲਾਕੇ ਤੋਂ ਬਹੁਤ ਫੋਨ ਆਉਂਦਾ ਜੇ ਉੱਥੇ ਕੋਈ ਬੰਦੇ ਕੋਲ ਸਮਾਨ ਪਿਆ ਹੋਇਆ ਬੰਦਾ ਜਾ ਕੇ ਸਮਾਨ ਚੱਕ ਲਿਆਊਗਾ ਉਹਦੀ ਕੋਰੀਅਰ ਬਚ ਗਈ ਡਿਸਟ੍ਰੀਬਿਊਟਰ ਨੂੰ ਦੋ ਪੈਸੇ ਬਚ ਗਏ ਸਾਰੇ ਜਿੱਤਦੇ ਨੇ ਉਹ ਸਾਡੀ ਉਹ ਹੈ ਜੀ ਕਹਿੰਦੇ ਗੇਮ ਉਹ ਖੇਡੋ ਜਿੱਥੇ ਸਾਰੇ ਜਿੱਤਣ ਕੋਈ ਵੀ ਨਾ ਹਾਰੇ ਤਾਂ ਸਾਡਾ ਦਿਲੋਂ ਸਭ ਇਹ ਹੈ ਕਿ ਮੰਨਿਆ ਕਿ ਸਮਾਨ ਬਣਵਾ ਤਾ
ਭਾਈ ਕੰਪਨੀ ਤਾਂ ਪੈਸੇ ਬਚ ਰਹੇ ਨੇ, ਉਹਨਾਂ ਨੂੰ ਅਗਰ ਦੋ ਪੈਸੇ ਛੱਡ ਕੇ ਹੈਡੇਕ ਬਚਦੀ ਹੈ ਨਾ, ਉਹ ਛੱਡ ਦਿੰਦੇ ਨੇ, ਤਾਂ ਮੈਂ ਕੰਪਨੀ ਦਾ ਫਾਇਦਾ ਕਰ ਰਿਹਾ, ਤੁਹਾਨੂੰ ਸਮਾਨ ਕੋਰੀਅਰ ਬਚ ਜਾਏਗੀ, ਨਾਲ ਦੀ ਨਾਲ ਸਮਾਨ ਮਿੰਟੋ ਮਿੰਟ ਮਿਲ ਜੂਗਾ, ਕੰਪਨੀ ਦੀ ਟੈਨਸ਼ਨ ਬਚਦੀ ਹੈ, ਤਾਂ ਇਹ ਸਾਰੇ ਜਿੱਤਦੇ ਨੇ। ਤਾਂ ਅਗਰ ਤੁਸੀਂ ਡਿਸਟ੍ਰੀਬਿਊਟਰ ਬਣਨਾ ਚਾਹੁੰਦੇ ਹੋ, ਤੁਸੀਂ ਮੇਰੇ ਨੰਬਰ ਜਿਹੜਾ ਇਹੀ ਨੰਬਰ 9888-475-000 ਤੁਸੀਂ ਡਿਸਟ੍ਰੀਬਿਊਟਰ ਲਿਖ ਕੇ ਭੇਜ ਦੇਣਾ, ਮੈਂ ਤੁਹਾਨੂੰ ਥਰੂ ਅੰਸ਼ੁਲ ਜੀ ਜਾਂ ਸਮ੍ਰਿਤੀ ਜੀ ਜੋੜ ਦੂੰਗਾ ਕੰਪਨੀ ਨਾਲ। ਠੀਕ ਹੈ ਜੀ, ਵੈਰੀ ਗੁੱਡ। ਹਾਂਜੀ ਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਅਜਿਹੀ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਕਾਫੀ ਸਮੱਸਿਆਵਾਂ ਹੱਲ ਕਰਨ ਵਾਲੀ ਹੈ, ਤੇ ਇੱਕ ਇੱਕ ਚੀਜ਼ ਕਲੀਅਰ ਕਰ ਦਿੱਤੀ ਹੈ ਵੀ ਕਿਹਨੂੰ ਲੈਣਾ, ਕਿਹਨੂੰ ਨਹੀਂ ਲੈਣਾ, ਕੀ ਇਹਦੇ ਫਾਇਦੇ ਹੈਗੇ ਨੇ, ਕਿੱਦਾਂ ਇਹ ਕੰਮ ਕਰਦੀ ਹੈ, ਬਣਾਉਣੀ ਕਿੱਦਾਂ ਹੈਗੀ ਹੈ, ਤੇ ਕਿੰਨੀ ਵਾਰ ਲੈਣੀ ਹੈਗੀ ਹੈ, ਤੇ ਇਹਦੇ ਨਾਲ ਜੇ ਕੋਈ ਦਵਾਈ ਲੈ ਰਿਹਾ ਤੇ ਉਹ ਕਿਵੇਂ ਲਵੇ, ਤੇ ਜੇ ਦਵਾਈ ਨਹੀਂ ਲੈ ਰਿਹਾ ਕੋਈ ਤੁਹਾਡੇ ਵਾਲੇ ਸਪਲੀਮੈਂਟਸ ਲੈ ਰਿਹਾ ਹੈ ਤਾਂ ਉਹ ਕਿਵੇਂ ਲਵੇ, ਇਹ ਸਾਰੀ ਜਾਣਕਾਰੀ ਤੁਸੀਂ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਲੋਕਾਂ ਨੂੰ ਕਾਫੀ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਟਰਮਰਿਕ ਲਾਟੇ ਇਹ ਉਹ ਪ੍ਰੋਡਕਟ ਹੈ ਜਿਹੜਾ ਕਿ ਮੇਰਾ ਵੀ ਫੇਵਰੇਟ ਹੈ, ਜੇ ਜਿੱਦਾਂ ਦੀ ਇਹਨਾਂ ਨੇ ਦੱਸਿਆ ਹੈਗਾ, ਕਿਉਂਕਿ ਇਹਨਾਂ ਨੇ ਵੀਡੀਓ ਜਦੋਂ ਬਣਾਈ ਹੈ ਉਸ ਤੋਂ ਪਹਿਲਾਂ ਮੈਂ ਵੀ ਇਸਨੂੰ ਯੂਜ਼ ਕਰਕੇ ਦੇਖਣਾ ਚਾਹ ਰਿਹਾ ਸੀ, ਮੇਰੇ ਕੋਲ ਵੀ ਪਿਆ, ਮੈਂ ਵੀ ਇਹਨੂੰ ਯੂਜ਼ ਕੀਤਾ ਹੈਗਾ। ਮੈਂ ਦੁੱਧ ਨਹੀਂ ਲੈਂਦਾ ਬਿਲਕੁਲ ਵੀ, ਚਾਹ ਨਹੀਂ ਪੀਂਦਾ ਬਿਲਕੁਲ ਵੀ, ਕਾੜਿਆ ਮੇਰੇ ਫੇਵਰੇਟ ਹੈਗੇ ਨੇ, ਔਰ ਕਾੜੇ ਜਿਹੜੇ ਨੇ ਮੈਂ ਇੱਕ ਨਹੀਂ ਕਈ ਤਰ੍ਹਾਂ ਦੇ ਕਾੜੇ ਮੇਰੇ ਕੋਲ ਰੱਖੇ ਹੋਏ ਨੇ, ਅਤੇ ਕੁਛ ਇੱਕ ਦੋ ਕਾੜੇ ਖੁਦ ਜਿਹੜੀ ਮੇਰੀ ਇਨਵੈਂਸ਼ਨ ਵੀ ਹੈਗੀ ਆ ਉਹ ਵੀ ਮੈਂ ਉਸਨੂੰ ਇਸਤੇਮਾਲ ਕਰਦਾ, ਜਿਹਦਾ ਨਾਮ ਮੈਂ ਪਾਵਰ ਮਸਾਲਾ ਜੋਸ਼ ਉਹਦਾ ਨਾਮ ਦਿੱਤਾ ਹੋਇਆ, ਅਤੇ ਉਹ ਅਜਿਹਾ ਜੋਸ਼ ਜਿਹੜਾ ਪੈਦਾ ਕਰਦਾ ਵੀ ਮਸਾਲੇ ਦੇ ਨਾਲ ਬੋਡੀ ਦੇ ਅੰਦਰ ਜਿਹੜਾ ਉਹ ਕਾਫੀ ਕੁਛ ਅੰਦਰ ਨਿਊਟ੍ਰੀਸ਼ਨ ਵੈਲਿਊ ਵੱਧ ਜਾਂਦੀ ਹੈਗੀ। ਸੋ ਉਹ ਚੀਜ਼ਾਂ ਜਿਹੜੀਆਂ ਨੇ ਮੈਂ ਖੁਦ ਵੀ ਇਸ ਚੀਜ਼ ਦੇ ਉੱਤੇ ਕੰਮ ਕਰਦਾ ਰਹਿਣਾ, ਬਟ ਇਹ ਜਿਹੜੀ ਚੀਜ਼ ਹੈ ਤੁਸੀਂ ਦੱਸੀ ਹੈ ਬਹੁਤ ਕਮਾਲ ਦੀ ਚੀਜ਼ ਹੈ, ਮੈਂ ਵੀ ਯੂਜ਼ ਕੀਤੀ ਹੈ ਇਸਨੂੰ, ਅਤੇ ਮੈਨੂੰ ਲੱਗਦਾ ਕਿ ਇਹ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੇ ਨਾਲ ਜਿਹੜਾ ਬਹੁਤ ਸਾਰੇ ਲੋਕ ਆਪਣੀ ਚਾਹ ਦੀ ਸਮੱਸਿਆ, ਆਪਣੀ ਤਲਬ ਜਿਹੜੀ ਲੱਗਦੀ ਹੈ ਉਹਨਾਂ ਨੂੰ ਵਾਰ ਵਾਰ ਚਾਹ ਦੀ, ਉਹ ਸ਼ਾਂਤ ਕਰਨਗੇ ਅਤੇ ਨਾਲ ਨਾਲ ਜਿਹੜੀ ਆਪਣੀ ਹੈਲਥ ਬੈਨੀਫਿਟ ਵੀ ਲੈਣਗੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਹਲਦੀ ਜਾਂ ਫਿਰ ਇਹਦੇ ਵਿੱਚ ਦੱਸੀਆਂ ਹੋਈਆਂ ਪ੍ਰੋਪਰਟੀਜ਼ ਜਿਹੜੀਆਂ ਕੋਈ ਵੀ ਚੀਜ਼ ਦੇਈ ਨਹੀਂ ਜਿਹੜੀ ਕੋਈ ਨੈਗੇਟਿਵ ਜਿਹੜਾ ਉਹ ਪ੍ਰਭਾਵ ਦਿੰਦੀ ਹੋਵੇ, ਤੇ ਇਹ ਹਰ ਚੀਜ਼ ਜਿਹੜੀ ਇਹਦੇ ਚ ਫਾਇਦੇਮੰਦ ਹੈ। ਸੱਟ ਲੱਗੇ ਦੇ ਉੱਤੇ ਆਪਾਂ ਹਲਦੀ ਤੇ ਹਲਦੀ ਵਾਲਾ ਦੁੱਧ ਪੀਣਾ ਸਾਡੇ ਜਿਹੜੀ ਪਰੰਪਰਾ ਰਹੀ ਹੈ, ਤੇ ਇਹ ਵੀ ਜਿਹੜਾ ਗਰਮ ਉਹਦਾ ਪਿੱਛੇ ਦਾ ਕਾਰਨ ਰਿਹਾ ਸੀ ਕਿ ਹਲਦੀ ਨੂੰ ਗਰਮ ਕਰਕੇ ਇਹਦੇ ਵਿੱਚ ਜਿਹੜੀ ਉਹਦੀ ਪ੍ਰੋਪਰਟੀਜ਼ ਜਿਹੜੀਆਂ ਨਿਕਲਦੀਆਂ ਸੀਗੀਆਂ, ਤੇ ਇਹ ਤਾਂ ਆਲਰੇਡੀ ਇਹਦਾ ਕਾੜਾ ਹੀ ਬਣਾ ਕੇ ਆਪਾਂ ਨੇ ਲੈਣਾ ਹੈਗਾ, ਤੇ ਇਹਦੇ ਚੋਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸੋਲਵ ਹੋਣਗੀਆਂ। ਤੁਸੀਂ ਯੂਜ਼ ਕਰੋਗੇ ਤੇ ਡੈਫੀਨੇਟਲੀ ਤੁਹਾਨੂੰ ਇਸ ਚੀਜ਼ ਦੇ ਵਿੱਚੋਂ ਰਿਜ਼ਲਟ ਮਿਲਣਗੇ, ਤੁਸੀਂ ਆਪਣੀ ਵਿਨ ਵੀ ਇਹਦੇ ਵਿੱਚ ਤੁਸੀਂ ਸਾਨੂੰ ਸੈਂਡ ਕਰੋਗੇ ਵੀਡੀਓ ਬਣਾ ਕੇ। ਤੇ ਜੇਕਰ ਅਜਿਹਾ ਹੁੰਦਾ ਤੁਸੀਂ ਇਸਨੂੰ ਲੈਂਦੇ ਹੋ, ਵਰਤ ਕੇ ਠੀਕ ਹੁੰਦੇ ਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਤੰਦਰੁਸਤ ਕਰਦੇ ਹੋ, ਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।